पहली बार होया पंजाब के इतिहास के कि किसी मुख्यमंत्री ने वातावरण लैके इन्नी गंभीरता दिखाई है। गुरूर पंजाब टीवी वालों लगातार इस मुद्दे से पहरेदारी की गई है और किसानों के हक च आवाज बुलंद की गई है। देर आई दुरुस्ता है पानिया के मसले के एक बहुत ही वधिया ऐलान जिहड़ा मुख्यमंत्री जी ने किया ते साडे इलाके दे लोग ते सारे पंजाब दर्दी जिहड़े लोग ने जिन्हें भी ने साडा इस मोर्चे दे विच साथ निभाया। मैं उस समुचे लोगों वालों मुख्यमंत्री जी का धन्यवाद करदा ते उन्हां दे इस फैसले का स्वागत करदा। इतिहास चक के देख लो पिछलियां सरकारां दा, चाहे वह अकाली दल बीजेपी दीआं सरकारां होण, चाहे वह कांग्रेस दीआं सरकारां होण, उन्हां ने किसानां नूं जिहड़ा हैगा कदे भी गंभीरता नाल नहीं लिया। बिना किसी कमेटी की रिपोर्ट जन तक हुए इन्होंने डिसीजन लिया। किसानों से तुम 100 तो उपर किसानों के उपर परचे दर्ज करते कहते सरकार गंभीर है। आम आदमी पार्टी जी है अगर यदा पिछोकड़ देखा जाए तो हूँ तक का जो इतिहास है वो एक यू टर्न वाली पार्टी है जिन्होंने पंजाबी अगर शुद्ध लफ्जा कहा जाए तो थुक्के चटन वाली पार्टी है। एक पासे तुही गवर्नर बार बुरे जाके तुहाडे मुख्यमंत्री दिल्ली दे सारी टीम उन्हां दी धरने दिंदी है वो जायज़ ने, ते दूजे पासे जे किसान अपने हक्कां दी लड़ाई लड़न लगदे है उन्हां नूं डांगा मारदे हो। ਇਹ ਅੰਦੋਲਨ ਜਿਹੜਾ ਵਾ 6 ਮਹੀਨੇ ਲੰਬਾ ਨਹੀਂ ਸੀ ਚੱਲਣਾ ਚਾਹੀਦਾ। ਸਰਕਾਰ ਨੂੰ ਗੰਭੀਰਤਾ ਜਿਹੜੀ ਆ ਉਹ ਪਹਿਲੇ ਦਿਖਾਉਣੀ ਚਾਹੀਦੀ ਸੀ। ਜਿਹੜੇ ਬੰਦੇ ਮਰੇ ਆ ਉਹਨਾਂ ਨੂੰ ਕੰਪਨਸੇਸ਼ਨ ਲਈ ਅੱਜ ਜੇ ਮਾਨ ਸਾਹਿਬ ਅਨਾਊਂਸ ਕਰ ਗਏ ਤਾਂ ਮੈਨੂੰ ਲੱਗਦਾ ਵਾਕਿਆ ਵੀ ਉਹਨਾਂ ਦੀ ਸਿੰਸੀਅਰਨੈਸ ਰਿਫਲੈਕਟ ਹੋਊਗੀ। ਅਕਾਲੀ ਦਲ ਨੂੰ ਇਹ ਆਪਣੀ ਜਿਹੜੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ। ਉਹਨਾਂ ਨੂੰ ਸਗੋਂ ਮਾਫੀ ਉਹਨਾਂ ਨੂੰ ਮੰਗਣੀ ਚਾਹੀਦੀ ਹੈ ਕਿ ਉਹਨਾਂ ਦੇ ਵੇਲੇ ਜਦੋਂ ਇਹ ਫੈਕਟਰੀ ਸ਼ੁਰੂ ਹੋਈ ਸੀ ਵਾਤਾਵਰਨ ਵਾਲੇ ਕੋਈ ਵੀ ਸਰਕਾਰ ਪਿਛਲੀਆਂ ਸਰਕਾਰਾਂ ਇੰਨੀਆਂ ਸੰਵੇਦਨਸ਼ੀਲ ਨਹੀਂ ਸੀਗੀ ਜਿਹਦੇ ਕਰਕੇ ਅੱਜ ਪੰਜਾਬ ਦੀ ਹਾਲਤ ਪਹੁੰਚੀ ਹੈ। ਇਹਨਾਂ ਦੀਆਂ ਜਿਹੜੀਆਂ ਜ਼ਮੀਨ ਜਿਹੜੀਆਂ ਜਾਇਦਾਦਾਂ ਵਗੈਰਾ ਨੇ ਇਹਨਾਂ ਦੀ ਘੋਖ ਕੀਤੀ ਜਾਵੇ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਿਹੜੇ ਅਧਿਕਾਰੀ NOC ਵਗੈਰਾ ਇਹਨਾਂ ਨੂੰ ਦਿੰਦੇ ਰਹਿਣ। ਕੀ ਸੱਚ ਦੇ ਬੋਲੇ ਸ਼ਾਨਨੀ ਕੀ ਬੋਲੇ? ਸ਼ਾਨਨੀ ਤੇ ਆਮ ਆਦਮੀ ਪਾਰਟੀ ਦੇ ਲੋਕ ਨੇ ਜਿਹੜੇ ਜਿਹੜਾ ਇਹਨਾਂ ਦੀ ਸ਼ਾਨੀ 'ਚ ਆ ਜਾਂਦਾ ਉਹਨੂੰ ਇਹ ਛਾਣ ਕੇ ਕਹਿ ਦਿੰਦੇ ਬਹੁਤ ਵਧੀਆ ਹੋ ਗਿਆ ਜੀ, ਅਸੀਂ ਉਹਦੀ ਗਰੰਟੀ ਲੈਂਦੇ ਹਾਂ, ਬੜਾ ਇਮਾਨਦਾਰ ਕੱਟੜੇ ਇਮਾਨਦਾਰ ਹੈ। ਜਿਹੜਾ ਪੋਲਿਊਸ਼ਨ ਕੰਟਰੋਲ ਦਾ ਚੇਅਰਮੈਨ ਹੈ ਉਹ ਉਦੋਂ ਵੀ ਸੀ ਕਾਂਗਰਸ ਸਰਕਾਰ ਦੇ ਟਾਈਮ ਵੀ ਸੀ, ਅੱਜ ਆਮ ਆਦਮੀ ਪਾਰਟੀ ਨੇ ਉਹਨੂੰ ਚੇਅਰਮੈਨ ਬਣਾ ਕੇ ਰੱਖਿਆ ਹੋਇਆ, ਕੀ ਉਹਦੇ ਖਿਲਾਫ਼ ਕਾਰਵਾਈ ਆਮ ਆਦਮੀ ਪਾਰਟੀ ਕਰੇਗੀ? ਇੰਨੇ ਸਾਲ NOC ਦਿੰਦੇ ਰਹੇ, ਜਿਹੜਾ ਵੀ ਵਿਅਕਤੀ ਜਿਹੜੀ ਪਾਰਟੀ ਦਾ ਲੀਡਰ ਜਿਹੜਾ ਅਫਸਰ ਇਸ ਦੇ ਵਿੱਚ ਦੋਸ਼ੀ ਆ ਉਹਨੂੰ ਚੱਕ ਕੇ ਅੰਦਰ ਕਰੋ। ਇਹਨਾਂ ਨੂੰ ਰਿਪੋਰਟ ਪਹਿਲਾਂ ਜਨ ਤੱਕ ਕਰਨੀ ਚਾਹੀਦੀ ਸੀ, ਇਹਨਾਂ ਨੇ ਫੈਸਲਾ ਪਹਿਲੇ ਲੈ ਲਿਆ ਤੇ ਅੱਜ ਕਹਿ ਰਹੇ ਆ ਜੇ ਵੀ ਰਿਪੋਰਟ ਆਊਗੀ, ਰਿਪੋਰਟ ਆਉਣ ਤੇ ਅਸੀਂ ਕਾਰਵਾਈ ਕਰਾਂਗੇ। ਤੁਸੀਂ ਜਿਨ੍ਹਾਂ ਚੀਜ਼ਾਂ ਵਾਸਤੇ ਧਰਨੇ ਦਿੱਤੇ ਅੱਜ ਉਹਨਾਂ ਚੀਜ਼ਾਂ ਨੂੰ ਤੁਸੀਂ ਲਾਗੂ ਕਰਵਾ ਰਹੇ ਹੋ, ਚਾਹੇ ਉਹ ਮਾਈਨਿੰਗ ਹੈ, ਚਾਹੇ ਸ਼ਰਾਬ ਦੀ ਪਾਲਿਸੀ ਹੈ, ਜਿਨ੍ਹਾਂ ਲੋਕਾਂ ਦੇ ਖਿਲਾਫ਼ ਤੁਸੀਂ ਧਰਨੇ ਦਿੰਦੇ ਸੀ ਉਹਨਾਂ ਲੋਕਾਂ ਨੂੰ ਠੇਕੇ ਦੇ ਰਹੇ ਹੋ, ਉਹੀ ਮਾਫੀਆ ਤੁਹਾਡੇ ਅੱਜ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਿਹਾ ਹੈ, ਉਹੀ ਲੁੱਟ ਘਸੁੱਟ ਤੁਸੀਂ ਆਪ ਕਰਵਾ ਰਹੇ ਹੋ। ਲਗਾਤਾਰ ਮਾਨ ਸਾਹਿਬ ਇਹ ਕਹਿੰਦੇ ਆ ਰਹੇ ਨੇ ਕਿ ਚਾਹੇ ਉਹ ਰੁਜ਼ਗਾਰ ਦਾ ਮਸਲਾ ਹੋਵੇ, ਚਾਹੇ ਉਹ ਸਿਹਤ ਦਾ ਮਸਲਾ ਹੋਵੇ, ਚਾਹੇ ਉਹ ਐਜੂਕੇਸ਼ਨ ਦਾ ਮਸਲਾ ਹੋਵੇ, ਸਰਕਾਰ ਬਹੁਤ ਜ਼ਿਆਦਾ ਗੰਭੀਰ ਆ ਉਹਦੇ ਬਾਰੇ। ਸਰਕਾਰ ਦੀ ਨੀਤ ਔਰ ਨੀਤੀ ਬਿਲਕੁਲ ਸਾਫ਼ ਹੈ। ਜਿਹੜੇ ਵੀ ਲੋਕ ਇਹਦੇ 'ਚ ਜਿਹੜੇ ਇਹ ਪਾਏ ਜਾਣਗੇ ਕਿ ਉਹਨਾਂ ਨੇ ਕਪੜੇ ਕੀਤੇ ਨੇ ਜਾਂ ਉਹਨਾਂ ਨੇ ਕਿਤੇ ਨਾ ਕਿਤੇ ਆਪਣੀ ਗੈਰ ਜ਼ਿੰਮੇਵਾਰੀ ਦੀ ਜਿਹੜੀ ਭੂਮਿਕਾ ਅਦਾ ਕੀਤੀ ਹੈ ਤਾਂ ਉਹਨਾਂ ਦੇ ਉੱਤੇ ਜ਼ਰੂਰ ਕਾਨੂੰਨ ਦੇ ਹਿਸਾਬ ਦੇ ਨਾਲ ਕਾਰਵਾਈ ਹੋਏਗੀ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ ਜ਼ੀਰਾ ਦੀ ਸ਼ਰਾਬ ਫੈਕਟਰੀ ਸਰਕਾਰ ਨੇ ਬੰਦ ਕਰਨ ਦਾ ਫੈਸਲਾ ਲੈ ਲਿਆ। ਤਕਰੀਬਨ 6 ਮਹੀਨੇ ਪਹਿਲਾਂ ਉਸ ਹਲਕੇ ਦੇ ਕਿਸਾਨਾਂ ਵੱਲੋਂ ਜ਼ਹਿਰੀਲੇ ਪਾਣੀ ਨੂੰ ਲੈ ਕੇ ਸ਼ਰਾਬ ਫੈਕਟਰੀ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਹੁਣ ਪੰਜਾਬ ਭਰ ਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਸਹਿਯੋਗ ਵਿੱਚ ਜ਼ੀਰਾ ਮੋਰਚੇ 'ਚ ਸ਼ਾਮਲ ਹੋ ਗਈਆਂ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਗੱਲ ਮੰਨ ਲਈ ਹੈ। ਪ੍ਰਦੂਸ਼ਣ ਦਾ ਮਾਮਲਾ ਹੈ, ਜ਼ਹਿਰੀਲੇ ਪਾਣੀਆਂ ਤੋਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦਾ ਮਾਮਲਾ ਹੈ। ਸੁਭਾਵਿਕ ਹੈ ਮੁੱਖ ਮੰਤਰੀ ਵੱਲੋਂ ਲਏ ਫੈਸਲੇ ਦਾ ਕਿਸਾਨਾਂ ਵੱਲੋਂ ਵੀ ਸਵਾਗਤ ਕੀਤਾ ਗਿਆ। ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਮਹਿਮਾਨ ਜਿਹੜੇ ਜੁੜੇ ਆ, ਆਪਾਂ ਉਹਨਾਂ ਦੀ ਜਾਣ ਪਛਾਣ ਕਰਾਉਣ ਤੋਂ ਪਹਿਲਾਂ ਇਹਨਾਂ ਮਾਮਲਿਆਂ 'ਤੇ ਮੈਂ ਥੋੜ੍ਹੀ ਚਰਚਾ ਇਹ ਕਰਨੀ ਚਾਹਾਂਗਾ
कि जिस ढंग नाल धरती हेठला जहरीला पानी हो रहा, जिस ढंग दे नाल जिहड़ी हैगी किसानां वल्लों लड़ाई लड़ी गई, इस मुद्दे ते मानवता नूं बचाउण दी लड़ाई सी। ये भी आपां कहांगे कि दिल्ली तो बाद दूजा वड्डा मोर्चा जीरा दा जिहड़ा किसानां ने फतेह कीता, और सरकार दा हां पक्की वतीरा कि सरकार वल्लों अज इस मुद्दे ते सहमति दा प्रगटावा कीता गया। हालांकि बहुत खज्जल खुआरी किसानों भी सामना करनी पई है, आम लोगों भी सामना करना पिया। इन्हां सारे मुद्दों से पैनल से जिहड़े मेरी बेनती प्रवान करके पैनल साढ़े नाल मेहमान जुड़े है, डॉक्टर भीमेंद्र ने, आम आदमी पार्टी के बुलारे ने, हरजीत सिंह पुलर ने, दीवान अमित अरोड़ा जी भारतीय जनता पार्टी के बुलारे ने, संदीप सिंह ढिल्लों जीरा मोर्चे तो साढ़े नाल जुड़े हुए है। अचेचे तौर पर मैं कहांगा कि वो अज उन्होंने बड़ी तसली होएगी इस गल की, जिस ढंग नाल इसकी फतेह हुई है, जो चाहते सी किसानां दी गल जिहड़ी हैगी आ मन्नी गई है। साढ़े नाल राजसी विश्लेषक वो भी इस मामले हमेशा जुड़ते रहे हैं, बूटा सिंह बरागी साड़ी जिहड़ी बेनती प्रवान करके आए हैं। सारे मेहमानों नूं मैं तुहाडे वल्लों पैनल ते आउण लई, चैनल ते आउण लई जी आखदा, वेलकम करदा। बहुत वड्डा मुद्दा जिस मुद्दे ते आपां गलबात करन जा रहे हैं, तो हक बणदा इस मामले ते पहला सवाल लैण दा संदीप ढिल्लों तुहाडे कोलों। जदों मुख्यमंत्री वल्लों ऐलान किया गया, किवें देखदे हुण इस ऐलान नूं, किहो जिहा महसूस किया गया किसानां वल्लों? संदीप ढिल्लों, जदों ही मुख्यमंत्री साहब का यह बयान आया तो सुन के बड़ी खुशी हुई, तो पर मैनू लगता सी कि 178 दिन हो गए ने अज मोर्चे चलते नूं, जिहड़ा ऐलान सीगा मुख्यमंत्री जी नूं बहुत पहला लै लेना चाहिए सीगा, जे पहला नहीं तो खास करके जिस दिन साडी मीटिंग सीगी 15 दिसंबर नूं, उस दिन यह ऐलान मुख्यमंत्री जी नूं जरूर कर देना चाहिए सीगा। चलो देर आए दुरुस्त आए, पानिया के मसले के विच एक बहुत ही वधिया ऐलान जिहड़ा मुख्यमंत्री जी ने किया, ते साडे इलाके दे लोग ते सारे पंजाब दर्दी जिहड़े लोग ने जिन्ने भी ने साडा इस मोर्चे दे विच साथ निभाया, मैं उह समुच्चे लोकां वल्लों मुख्यमंत्री जी दा धन्नवाद करदा ते उहनां दे इस फैसले दा स्वागत करदा जी। बिल्कुल स्वागत वाली गल वाजिब हैगी है, जिन्हां लोकां ने लड़ाई लड़ी है 6 महीने संदीप ढिल्लों, उह लोग किवें महसूस करदे है, क्योंकि वड्डी लड़ाई है, तुसीं अपने पिंडे ते गर्मी भी हंडाई है ते हुण झखड़ ते ठंड जख जिहड़ी उह वी अपने पिंडे ते हंडा रहे हो। बिल्कुल जी, एक हाई कोर्ट वालों आर के नहरू जी का कमिशन गठित किया गया सीगा, उहदे संबंध विच कल साडी जिहदी मीटिंग दे विच मैं भी शामिल सीगा, सर्किट हाउस फिरोजपुर दे विच कल शाम नूं 5 बजे मीटिंग सी, ते उह उहदे विच वी असीं आपदा पक्ष जिहड़ा उह रख के आए सी। उस तों बाद अज नहरू जिहड़ा कमिशन सीगा उहने इत्थे फैक्टरी विजिट किया सीगा, ते साडी जिहड़े कमेटी के मैंबर ने सरपंच गुरमेल सिंह जी, उन्होंने ओ एस डी भगवंत मान जी का फोन आता है, तो वह इस बारे कुछ थोड़ी बहुत जानकारी देंगे ने, अद्धे क घंटे बाद ही मान साहब का जिहड़ा ये ऐलान हो जाता है, तो उस तों बाद जदों ही लोगों को अगे दी अगे खबर पता चलती है, तो ये मोर्चे जे जिस दिन पहला मोर्चा लाया सी तां साडा इक्को ही नारा सी, इक्को मंग फैक्टरी बंद। सो फैक्टरी बंद का जदों ही ऐलान लोगों के जाता तो सारे लोगों के बड़ा खुशी का माहौल बनता है। उस तो तुरंत बाद प्रशासन जिहड़ा कुछ टाइम पहला ही इत्थों गया सीगा, कमिशन दे नाल वापसी कीती सी तां प्रशासन भी सारा आ जांदा। उस तों बाद आई जी जसकरन साहब, जसकरन सिंह जी, एस एस पी मैडम, डी सी मैडम इहदी सानूं जानकारी दिंदे ने, ते उस तों बाद असीं जदों मैं तुहाडे नाल हुण गल्लबात शुरू कर रहा, उस तों बाद असीं जीरा मार्ग कमेटी दे विच इक प्रैस कॉन्फ्रेंस सी, ते उहनां दे नाल मिलनी तों बाद असीं मोर्चे दे विच पहुंचे सी, जिते मैं तुहाडे नाल गल्लबात लई आ गया। बिल्कुल ठीक डॉक्टर भीमेंद्र, गुरूर पंजाब टीवी वालों लगातार इस मुद्दे पर पहरेदारी की गई है और किसानों के हक च आवाज़ बुलंद की गई है, किवें देखते हो इस मामले में डॉक्टर भीमेंद्र, तुसी जो अज फैसला आया जो मुख्यमंत्री ने ऐलान किया है? बहुत गंभीरता दे नाल गल कीती है, और उस वेले भी मैं कहता रहा कि पंजाब सरकार मान साहब की रहनुमाई दे विच खास तौर पर वातावरण लैके पानी लैके और धरती का दूषित होना और इसी तरह हवा का दूषित होना ये लगातार फिक्रमंद है, और पिछलियां सरकारां ने जिहड़ियां गलतियां कीतियां सीगियां इदां दियां फैक्ट्रियां अकाली दल वेले लगियां और कांग्रेस वेले इदां दियां जिहड़ियां फैक्ट्रियां सीगियां होर उन्होंने लुट मचाई और वातावरण नूं पलीत कीता। सो वह सारिया चीजा नूं पहली बार होया पंजाब दे इतिहास दे विच कि किसी मुख्यमंत्री ने वातावरण नूं लैके इन्नी गंभीरता दिखाई है, अदरवाइज जिहड़ियां पिछलियां सरकारां रहियां ने वह कोई भी आपां इतिहास चक के देख लो पिछलियां सरकारां दा
चाहे वह अकाली दल बीजेपी दरकार हो चाहे वह कांग्रेस दरकार हो किसान जो है कदे भी गंभीरता नाल नहीं लिया। खास तौर पर वातावरण के मसले ऐसा फैक्ट्रिया उन्होंने वेले लगिया और उ सारिया चीजा होंदिया रही। पर पहली बार मैं मुबारकबाद देना चाहना किसान लीडर जिन्होंने वातावरण लैके इन्नी गंभीरता दिखाई और अपने पानी नू, हवा नू, जमीन नू बचाउण दी जिहड़ी सी एक तनदेही दे नाल उत्थे लड़े और उन्हां दी जिहड़ी कोशिश है उहनू पूर पिया। मैं पहला भी कहिंदा हुंदा सीगा कि संवाद सानू रचाउणा चाहीदा है, डायलॉग रचाउणा चाहीदा है, कानून नू अपने हथ च नहीं लैणा चाहीदा और उस संवाद का उस डायलॉग का अज नतीजा यह निकलिया कि दोवां धिरां दी जित होई है। मैं कहांगा एक पासे किसानां दी भी जित है और दूजे पासे सरकार दी भी जित है और मान साहब ने बहुत वड्डा दिल दिखाया क्योंकि इहदे विच इह हुंदा है सिद्धू साहब के लगभग हजारां बंदियां दी नौकरी भी चुकी हुई हुंदी है। जिहड़ी गल कह रहे हैं कि देर क्यों हो गई, देर इसलिए हुई है क्योंकि एक्सपर्ट्स दी ओपीनियन लैणी जरूरी सी क्योंकि कोई भी जदों इदां दा काम हुंदा है तां एक्सपर्ट दी ओपीनियन तो बिना वह संभव नहीं हुंदा। सो इस करके वह एक्सपर्ट्स तो कमेटियां बनाईयां गईयां और उन्हां तो हौली हौली उन्हां दीयां जिहड़ियां रावां लईयां गईयां और उन्हां रावां दे आधार दे उत्ते एडा वड्डा फैसला जिहड़ा हैगा मान साहब ने लिया। थैंक यू डॉक्टर साहब, फिर आवांगे आपां इस मुद्दे ते। अरोड़ा जी, इस मामले से जदों गल कर रहे डॉक्टर भीमेंद्र, उन्हों का कहना है कि बहुत वड्डा फैसला खुले दिल नाल फैसला लिया गया, किसानों वालों भी स्वागत किया गया। डॉक्टर भीमेंद्र उन्हों का यह भी कहना है कि जिहड़ियां पिछलियां सरकारां अकाली दल भाजपा कांग्रेस वो कदे भी संजीदगी नाल किसानी दे मुद्दे नूं नहीं लैंदियां रहियां, खास तौर पर वातावरण के मुद्दे पर पहले मुख्यमंत्री आ कहिंदे जिन्हां ने इदां दी संवेदनशीलता दिखाई है। जी दीवान जी, जी पहले मुख्यमंत्री है जिन्होंने कमेटियां का गठन किया और बिना किसी कमेटी की रिपोर्ट जन तक हुए इन्होंने डिसीजन लिया। भाई 6 महीने क्यों लाते किसानां ते, तुसी 100 तो उपर किसानां दे उपर परचे दर्ज करते, तुसी कहिंदे सरकार गंभीर है। 3 महीने तुसी गुजरात ते हिमाचल दे विच मुख्यमंत्री साहब रहे प्रवास ते, गल देखो फैक्ट्री नू बंद करना जिहड़ा वा इह सरकार नू चाहीदा सी कि जिन्नियां फैक्ट्रियां पोल्यूशन फैलांदियां असीं पोल्यूशन दे खिलाफ आ, जिन्नियां फैक्ट्रियां पोल्यूशन फैलांदियां ਉਹਨਾਂ ਦਾ ਟ੍ਰੀਟਮੈਂਟ ਵਾਟਰ ਟ੍ਰੀਟਮੈਂਟ ਪਲਾਂਟ ਲੱਗਣੇ ਚਾਹੀਦੇ ਆ ਉਹਨਾਂ ਦੇ। ਤੁਸੀਂ ਦੇਖੋ ਇੰਨੀ ਦੇਰ ਤੋਂ ਉਸ ਇਲਾਕੇ ਦੇ ਲੋਕ ਕੈਂਸਰ ਦੇ ਨਾਲ ਮਰ ਰਹੇ ਆ, ਲੋਕਾਂ ਦੀ ਸਿਹਤ ਦੇ ਨਾਲ। ਸਵਾਲ ਮੈਂ ਲੈਣਾ ਚਾਹਾਂਗਾ ਦਵਾਨ ਸਾਹਿਬ ਸਰ, ਇੱਕ ਸਵਾਲ ਤੁਹਾਡੇ ਤੋਂ। ਜੋ ਗੱਲ ਕਹੀ ਆ ਡਾਕਟਰ ਭੀਮਿੰਦਰ, ਉਹਨਾਂ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਔਰ ਕਾਂਗਰਸ ਪਿਛਲੀਆਂ ਸਰਕਾਰਾਂ ਦੇ ਸਮੇਂ 'ਚ ਫੈਕਟਰੀਆਂ ਲੱਗੀਆਂ, ਇਹ ਜਿਹੜੇ ਟ੍ਰੀਟਮੈਂਟ ਪਲਾਂਟ ਆ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਨਾ ਜੀ, ਇਹਨਾਂ ਦੀ ਜ਼ਿੰਮੇਵਾਰੀ ਤਾਂ ਹੈ ਹੀ ਹੈ। ਮੈਂ ਕਹਿੰਦਾ ਜੀ ਬਿਲਕੁਲ ਬਣਦੀ ਸੀ ਜੇ ਪੁਰਾਣੀਆਂ ਸਰਕਾਰਾਂ ਦੇ ਵੇਲੇ ਵੀ ਜੇ ਵਾਟਰ ਟ੍ਰੀਟਮੈਂਟ ਦੇ ਪਲਾਂਟ ਔਰ ਪੂਰੇ ਤਰੀਕੇ ਦੇ ਨਾਲ ਇਹਨਾਂ ਫੈਕਟਰੀਆਂ ਦੀ ਸੁਪਰਵਿਜ਼ਨ ਨਹੀਂ ਹੋ ਪਾਈ ਤਾਂ ਉਹ ਸਰਕਾਰਾਂ ਦੀ ਗਲਤੀ ਹੈ। ਦੇਖੋ ਭਾਰਤੀ ਜਨਤਾ ਪਾਰਟੀ ਕਿਸੇ ਵੀ ਲੀਡਿੰਗ ਪੋਜੀਸ਼ਨ ਦੇ ਵਿੱਚ ਨਹੀਂ ਰਹੀ, ਇੱਕ ਜੂਨੀਅਰ ਪਾਰਟਨਰ ਦੇ ਤੌਰ ਤੇ ਕੰਮ ਕੀਤਾ ਅਕਾਲੀ ਦਲ ਦੇ ਨਾਲ। ਜਿਹੜੀਆਂ ਸਰਕਾਰਾਂ ਦੀ ਅਣਗਹਿਲੀ ਹੈ ਉਹਨਾਂ ਕਰਕੇ ਉਸ ਇਲਾਕੇ ਦੇ ਲੋਕਾਂ ਦੀ ਕੈਂਸਰ ਦੇ ਨਾਲ ਮੌਤ ਹੋ ਰਹੀ ਹੈ, ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਿਹਾ। ਦੇਖੋ ਮੈਂ ਕਿਸਾਨਾਂ ਨੂੰ ਵਧਾਈ ਦਿੰਦਾ ਕਿਉਂਕਿ ਇਹਨਾਂ ਨੇ ਲੋਕਾਂ ਦਾ ਵਾਸਤੇ ਮਾਨਵਤਾ ਵਾਸਤੇ ਇਹ ਅੰਦੋਲਨ ਚਲਾਇਆ, ਲੇਕਿਨ ਇਹ ਅੰਦੋਲਨ ਜਿਹੜਾ ਹੈ 6 ਮਹੀਨੇ ਲੰਬਾ ਨਹੀਂ ਸੀ ਚੱਲਣਾ ਚਾਹੀਦਾ। ਸਰਕਾਰ ਨੂੰ ਗੰਭੀਰਤਾ ਜਿਹੜੀ ਹੈ ਉਹ ਪਹਿਲੇ ਦਿਖਾਉਣੀ ਚਾਹੀਦੀ ਸੀ। ਮੁੱਖ ਮੰਤਰੀ ਸਾਹਿਬ ਗੁਜਰਾਤ ਇਲੈਕਸ਼ਨ ਦੇ ਵਿੱਚ ਜਾਣ ਉਹਦੇ ਨਾਲੋਂ ਜ਼ਿਆਦਾ ਜ਼ਰੂਰੀ ਸੀ, ਇੱਥੇ ਕਿਸਾਨਾਂ ਦੇ ਦੁੱਖ ਦਰਦ ਨੂੰ ਸਮਝਦੇ। ਔਰ ਜੀ ਦਵਾਨ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ, ਇਹ 4 ਮਹੀਨੇ ਪਹਿਲਾਂ ਖਤਮ ਹੋ ਜਾਣਾ ਚਾਹੀਦਾ ਸੀ। ਤੁਹਾਡਾ ਵਿਊ ਪੁਆਇੰਟ ਆ ਗਿਆ। ਬਰਾਗੀ ਜੀ, ਇਸੇ ਮਾਮਲੇ ਤੇ ਤੁਸੀਂ ਵੀ ਸਾਡੇ ਨਾਲ ਪਹਿਲਾਂ ਇਹਨਾਂ ਮੁੱਦਿਆਂ ਤੇ ਡਿਬੇਟਾਂ ਨੂੰ ਜੁਆਇਨ ਕਰਦੇ ਰਹੇ ਹੋ, ਕਿਸਾਨ ਆਗੂਆਂ ਨੇ ਸਵਾਗਤ ਕੀਤਾ ਪਰ ਕਿਹਾ ਕਿ ਦੇਰ ਨਾਲ ਆਏ, ਚਲੋ ਦਰੁਸਤ ਆਏ। ਵਿਰੋਧੀ ਧਿਰਾਂ ਵੱਲੋਂ ਸਵਾਲ ਉਠਾਏ ਜਾ ਰਿਹਾ ਕਿ ਦੇਰੀ ਕਿਉਂ ਕੀਤੀ ਗਈ ਹੈ, ਪਰ ਵੱਡਾ ਫੈਸਲਾ ਜੋ ਅੱਜ ਲਿਆ ਗਿਆ, ਬਰਾਗੀ ਜੀ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ? ਬਿਲਕੁਲ ਸਹੀ ਗੱਲ ਹੈ ਜੀ, ਇੱਕ ਪੰਜਾਬ ਗਵਰਨਮੈਂਟ ਨੇ ਆਪਣੀ
जिम्मेवारी निभाते हुए अज एक वड्डा फैसला लिया ते लोकी जिहड़े उत्थे तकरीबन 6 महीने तो ठंड च धुप च बैठे सी उन्हां दी मंगां नूं ही नहीं मन्निया बल्कि जिहड़ा पवन गुरु पाणी पिता माता धरत महत दे कंसैप्ट उत्ते साडा पाणी गंदला हो रहा सी आबो हवा खराब हो रही सी उसनूं गंदा होण तों बचाया। इत्थे वधाई दे पात्र बणदा तमाम मीडिया जिहड़े डे टू डे उत्थे कवरेज करदे रहे आ ते किसान जथेबंदियां जां होर जिहड़े वी लोक उत्थे जा के आपदी सपोर्ट करदे रहे आ। पर सिसा इत्थे एक अहम गल जी देखने हैगी है भी जो वाकया ही गवर्नमेंट सुहिरद है तो मैं लगता जिसे मान साहब ने अच्छा प्रेस ब्रीफिंग दिखी आ उसे ही उन्होंने केस रजिस्टर करना चाहिए अगेंस्ट दीप मल्होत्रा ओनर ऑफ द फैक्टरी अगेंस्ट दैट ऑल ऑफिसर और जिन्होंने टाइम टू टाइम से फाइल क्लीयर कीतिया जिन्हें भी कंसर्न उसे ऑफिसर साहबान से चाहे वह फॉर्मर एम एल ए होवे जां उद्दों वी पहला वाला एम एल ए होवे जिन्हां दी इनवॉल्वमेंट होई आ इस पानी नूं पोल्यूट करन दे विच ते सैकंडली मान साहब नूं कहना चाहीदा सी कंपनसेशन दी जिहड़े तकरीबन 100 दे करीब फॉल्स डिटेंशनस होई आ। जे असीं शम्मू बॉर्डर दी गल करदे आ असीं बीजेपी तों सवाल पुछदे आ तां उसे ही तर्ज ते उसे ही राइट ते असीं पंजाब गवर्नमेंट नूं वी कहिंदे आ वी कंपनसेशन उस इलीगल डिटेंशन दा जिड़ी कि ब्रीच टू फंडामेंटल राइट सी स्पेशली राइट टू लाइफ किसी बंदियां नूं इनलीगली अरेस्ट किया उन्हां नूं कंपनसेशन ते सेकंड दे नाल जिहड़े बंदे मरे आ ड्यू टू दैट कंप्यूटर वाट उन्हां नूं कंपनसेशन ही अज जे मान साहब अनाउंस कर गए तां मैनूं लगदा वाकिया कि उन्हां दी सिंसियरनैस रिफलैक्ट होंगी ते इह जिहड़ा फैसला लिया गया देर नाल लिया गया दुरुस्त फैसला ते चंगा फैसला मैं कहूंगा भावां इह पंजाबी दी उस कहावत नाल मेल खांदा भी 100 छित्तर भी खाधे ते 100 गंढे भी खाधे। जी थैंक यू वेरी मच विरागी फिर आवांगे इस मुद्दे ते बने रहो साडे नाल अकाली दल दे बुलारे पुलिस साहब भी जुड़े आ। पुलिस साहब जिस मामले ते देखो बड़ा संजीदगी वाला मुद्दा है सारे मेहमानों लिए मैं इस गल दे लई धन्नवादी हां कि तुसीं हमेशा ही इस बहस के मुद्दों पर प्रायोरिटी दी है पहल दी आउंदे रहे हो जो भी असीं आवाज़ मारी है। जिस मामले पर आप चर्चा कर रहे हैं देखो मुख्यमंत्री वालों ऐलान करना यह भी अपने आप वड्डी गल है कि गल उन्हां दी मन्नी गई है पर फिर भी किसानों का कहना है कि देर आए चलो दुरुस्त आए। दूजे पासे जिहड़ा बरागी ने भी सवाल उठाया कि जिदा की गल हैगी फैक्टरी की जिदा उत्ते भुगतना पै रहा है उस फैक्टरी के मालिक की जे कताही है गलती है तो केस भी दर्ज होना चाहिए सी। जी पुलिस साहब किवें देखते हो सारे पहलू नूं? सिद्धू साहब गल इस तरह हैगी है कि आम आदमी पार्टी जिहड़ी है अगर इहदा पिछोकड़ देखा जाए तो हुण तक दा जिहड़ा इतिहास है वह एक यू टर्न वाली पार्टी है जिहनूं पंजाबी दे अगर शुद्ध लफ्ज़ां 'च कहा जाए तो थुक्के चट्टण वाली पार्टी है जिन्हें हमेशा थुक्के चट्टिया कोई भी गल की है। अगर शुरुआत तो ला लो केजरीवाल साहब ने बच्चों की सौं खा के कहा मैं किसी नाल समझौता नहीं करूँगा कांग्रेस नाल समझौता करके सरकार बनाई उन्होंने कहा मैं वैगनार घूमूंगा उस बाद गड्डिया भी ले लिया उन्होंने कहा सिक्योरिटी नहीं लूँगा उस बाद सिक्योरिटियां भी लैनिया अच्छ पंजाब की सिक्योरिटी भी ले फिरते हैं उन्होंने कहा मैं कोठी नहीं लूँगा उन्हें दो बंगले कब्जे च लै ले। फिर भगवंत मान साहब की गल आ जाती अगे भगवंत मान साहब ने घुड़कियां के उत्ते जिहड़ा बैन लाता वह वापस लै लिया क्योंकि लोगों का विरोध होया। जे गोल्डी वाली गल कर लीए गोल्डी वाली गल तो यू टर्न है उत्थे चुप्पी है सारी टोटली जे आप नहीं नहीं मैं सारी गल नहीं मैं देखो गल है कि मैं इस गल तो आना है मैं तुहानू दस रहा इतिहास दस रहा इन्हां पिछोकड़ दस रहा तो पिछोकड़ इतों ही चलता है। फिर 296 टीचर जिन्हों के दी टीचर जोड़े से टैंकी चढ़े हुए थे केजरीवाल साहब भगवंत मान साहब ने आके भैन बना के थले लाया भी तेनों अं नौकरी देंगे साड़ी सरकार आ जूगी अगली दिवाली जी है तो अपने घरें पटाके चलाएंगी। तो एक मिनट जी 296 जो सीटा 296 जो सीटा वो जड़िया ने बिल्कुल खत्म करती लिस्टों गायब करती यह बड़ी एक लंबी फेयर लिस्ट है जिदे इन्हों की बार बार जी है चाहे वह विक्रम मजिठिया के खिलाफ जा अरुण जेतली होना के खिलाफ जोड़ा सी दुश्मनबाजी लाई हो तो उस बाद थोके चट्टन वाली गल जाके कोर्ट के माफिया मंगी गई हूँ अच्छ जो हालात होए ने जी तुम अच्छ गल कर रहे हो यह भी उस यू टर्न का ही एक बहुत व्डा हिस्सा है क्योंकि अज हाई कोर्ट ने उत्थे कमेटी भेजी और हाई कोर्ट ने उत्ते फैसला लेना सीगा क्रैडिट लैन वास्ते अज मुख्यमंत्री ने काली दे विच फैसला किया कि उन्होंने फैक्ट्री बंद कर दो नहीं तो दीप मल्होत्रा इन्हों का पार्टनर है दिल्ली के सारे ठेके इन्हों के कोल ने और जेडे पोल्यूशन कंट्रोल की गल जे पोल्यूशन की गल कर रहे थे हमने तुहाडे पैनलिस्ट जिहड़े ने डॉक्टर अपने डॉक्टर भीम जी आम आदमी पार्टी तो मैं उन्होंने पूछना चाहता है जेडे तुम पोल्यूशन कंट्रोल बोर्ड के चेयरमैन लाए ने वो की अकाली दल की बीजेपी सरकार चेयरमैन नहीं सी जां कांग्रेस सरकार चेयरमैन नहीं सी जे वो लैग होणगे तां ही तुसीं उन्हें अडोप्ट किया ना कि लाया जे उन्होंने कुछ किया कम तां ही तुसीं उन्होंने फिर दोबारा चेयरमैन लाया
ਮੁੱਖਮੰਤਰੀ ਭਗਵੰਤ ਮਾਨ ਨੇ ਸੰਜੀਦਗੀ ਦਿਖਾ ਕੇ ਕਹਿੰਦੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਸਮੇਂ ਸਿੱਧੂ ਸਾਹਿਬ ਕਾਹਦੀ ਸੰਜੀਦਗੀ ਹੈ? ਇੱਕ ਪਾਸੇ ਤੁਸੀਂ ਗਵਰਨਰ ਬਾਹਰ ਮੂਹਰੇ ਜਾ ਕੇ ਤੁਹਾਡੇ ਮੁੱਖ ਮੰਤਰੀ ਦਿੱਲੀ ਦੇ ਸਾਰੀ ਟੀਮ ਉਹਨਾਂ ਦੀ ਧਰਨੇ ਦਿੰਦੀ ਹੈ, ਉਹ ਜਾਇਜ਼ ਨੇ, ਅਤੇ ਦੂਜੇ ਪਾਸੇ ਜੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜਨ ਲੱਗਦੇ ਹੈ ਉਹਨਾਂ ਨੂੰ ਤੁਸੀਂ ਡਾਂਗਾ ਮਾਰਦੇ ਹੋ। ਉਹ ਧੁੱਪ 'ਚ ਬਹਿਣ, ਛਾਂ 'ਚ ਬਹਿਣ, ਉਹ ਬਰਸਾਤ 'ਚ ਬਹਿਣ, ਠੰਡ 'ਚ ਬਹਿਣ, ਪੂਰੇ 6 ਮਹੀਨੇ ਹੋ ਗਏ, 2 ਦਿਨ ਘੱਟ ਜਿਹੜੇ 6 ਮਹੀਨੇ ਹੋ ਗਏ। ਅੱਜ 6 ਮਹੀਨਿਆਂ ਬਾਅਦ ਜਦੋਂ ਹਾਈ ਕੋਰਟ ਦਾ ਡੰਡਾ ਚੱਲਣ ਲੱਗਾ ਅਤੇ ਉਦੋਂ ਤੁਸੀਂ ਜਾ ਕੇ ਫੈਸਲਾ ਲੈ ਲਿਆ, ਇਹ 'ਚ ਕਿਹੜੀ ਪ੍ਰਾਪਤੀ ਹੈ ਸਰਕਾਰ ਦੀ? ਸਰਕਾਰ ਨੇ ਤਾਂ ਡੰਡੇ ਦੇ ਅੱਗੇ ਝੁੱਕ ਕੇ ਜਿਹੜਾ ਹੈਗਾ, ਚਾਹੇ ਕਿਸਾਨਾਂ ਦਾ ਸੀ ਚਾਹੇ ਉਹ ਹਾਈ ਕੋਰਟ ਦਾ, ਤਾਂ ਫੈਸਲਾ ਲਿਆ। ਅਗਰ ਫੈਸਲਾ ਕਰਨਾ ਸੀ ਜਿਹੜੇ 100 ਕਿਸਾਨਾਂ ਦੇ 125 ਕਿਸਾਨਾਂ ਦੇ ਖਿਲਾਫ਼ ਪਰਚੇ ਦਰਜ ਹੋਏ ਨੇ ਤੁਰੰਤ ਵਾਪਸ ਹੁੰਦੇ, ਉਹਨਾਂ ਨੂੰ ਕੰਪਨਸੇਸ਼ਨ ਦੀ ਅਨਾਊਂਸਮੈਂਟ ਹੁੰਦੀ, ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਜਿਹੜਾ ਬੰਦਾ ਸੀਗਾ, ਔਰ ਮਾਫ਼ੀ ਮੰਗੀ ਜਾਂਦੀ ਜਨਤਕ ਤੌਰ ਦੇ ਉੱਤੇ ਵੀ ਅਸੀਂ ਗਲਤ ਕੀਤਾ, ਸਾਡੀ ਇਹ ਬੇਵਕੂਫੀ ਸੀ, ਅਸੀਂ ਮਾਫ਼ੀ ਮੰਗਦੇ ਹਾਂ ਮੁੱਖ ਮੰਤਰੀ ਕਹਿੰਦਾ ਆ ਗਈ ਗੱਲ ਕਰਕੇ। ਪੁਲਿਸ ਸਾਹਿਬ ਜਿਹੜੇ ਆ ਗਈ ਗੱਲ, ਕਿਸਾਨ ਇਸ ਗੱਲ ਨੂੰ ਵੈਲਕਮ ਵੀ ਕਰ ਰਿਹਾ, ਆ ਗਈ ਗੱਲ ਤੁਹਾਡੀ। ਡਾਕਟਰ ਭੀਮਿੰਦਰ, ਇਸ ਮਾਮਲੇ ਦੇ ਵਿਰੋਧੀ ਧਿਰਾਂ ਵੱਲੋਂ ਜਿਹੜੇ ਸਵਾਲ ਉਠਾਏ ਜਾ ਰਹੇ, ਜਿਸ ਤਰੀਕੇ ਨਾਲ ਯੂ ਟਰਨ ਦੀ ਗੱਲ ਪੁਲਿਸ ਸਾਹਿਬ ਨੇ ਕਹੀ ਹੈ ਕਿ ਇੱਦਾਂ ਦੀਆਂ ਇੱਕ ਇੱਕ ਕਰਕੇ ਜਿੱਦਾਂ ਦੀ ਲੜੀ ਆ ਉਸੇ ਲੜੀ ਦੇ ਵਿੱਚ ਹੀ ਇਹ ਸਾਰਾ ਕੁਝ ਜਿਹੜਾ ਹੁਣ ਵੀ ਵਾਪਸ ਲਿਆ ਗਿਆ, ਔਰ ਕਹਿੰਦੇ ਹਾਈਕੋਰਟ ਦੇ ਡੰਡੇ ਕਰਕੇ ਜਾਂ ਪ੍ਰੈਸ਼ਰ ਕਰਕੇ ਸਾਰਾ ਕੁਝ ਵਾਪਸ ਲਿਆ ਗਿਆ, ਨਹੀਂ ਤਾਂ ਸ਼ਾਇਦ ਨਾ ਲਿਆ ਜਾਂਦਾ। ਡਾਕਟਰ ਭੀਮਿੰਦਰ, ਸਿੱਧੂ ਸਾਹਿਬ, ਪੰਜਾਬੀ ਦੀ ਇੱਕ ਕਹਾਵਤ ਹੈ ਕਿ ਛੱਜ ਤਾਂ ਬੋਲੇ, ਛਾਣਨੀ ਕਿਉਂ ਬੋਲੇ। ਇਹ ਇਹ ਜਿਹੜੇ ਬੋਲ ਰਹੇ ਨੇ ਭੁੱਲਰ ਸਾਹਿਬ, ਅਕਾਲੀ ਦਲ ਦੇ ਨੁਮਾਇੰਦੇ ਨੇ, ਔਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀਆਂ ਫੈਕਟਰੀ ਸ਼ੁਰੂ ਹੋਈ ਹੈ ਇਹ ਸ਼ੁਰੂ ਕਿਹਨੇ ਕੀਤੀ ਸੀਗੀ? ਇਹ ਅਕਾਲੀ ਦਲ ਦੀ ਗੌਰਮੈਂਟ ਨੇ ਕੀਤੀ ਸੀਗੀ, ਔਰ ਉਸ ਵੇਲੇ ਆਪਾਂ ਨੂੰ ਪਤਾ ਹੈ ਕਿ ਇਹ ਕੋਈ ਪਾਣੀ ਜਿਹੜਾ ਗੰਧਲਾ ਹੋਇਆ ਹੈ, ਇਹ ਕੋਈ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਤਾਂ ਹੁਣ ਇੱਕੋ ਦਮ ਸ਼ੁਰੂ ਨਹੀਂ ਸੀ ਹੋ ਗਿਆ, ਔਰ ਇਹ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਭਗਦਾ ਭਗਦਾ ਇੱਥੇ ਤੱਕ ਮੁੱਦਾ ਪਹੁੰਚਿਆ ਸੀਗਾ। ਇਸ ਕਰਕੇ ਅਕਾਲੀ ਦਲ ਦੀ ਜਿਹੜੀ ਗੌਰਮੈਂਟ ਰਹੀ ਹੈ ਲਗਭਗ 10 ਸਾਲ, ਉਸ ਵੇਲੇ ਲਗਾਤਾਰ ਪਾਣੀ ਜਿਹੜਾ ਸੀਗਾ ਖਰਾਬ ਹੋ ਰਿਹਾ ਸੀਗਾ, ਔਰ ਉਦੋਂ ਅਕਾਲੀ ਦਲ ਚੁੱਪ ਸੀਗਾ, ਔਰ ਉਦੋਂ ਕਿਸਾਨਾਂ ਨੂੰ ਦਬਾ ਕੇ ਰੱਖਦਾ ਸੀਗਾ, ਉਦੋਂ ਕੋਈ ਮੂਵਮੈਂਟ ਨਹੀਂ ਉੱਠਣ ਦਿੱਤੀ ਉਹਨਾਂ ਨੇ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਕਾਲੀ ਦਲ ਨੂੰ ਇਹ ਆਪਣੀ ਜਿਹੜੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ, ਉਹਨਾਂ ਨੂੰ ਸਗੋਂ ਮਾਫ਼ੀ ਉਹਨਾਂ ਨੂੰ ਮੰਗਣੀ ਚਾਹੀਦੀ ਹੈ ਕਿ ਉਹਨਾਂ ਦੇ ਵੇਲੇ ਜਦੋਂ ਇਹ ਫੈਕਟਰੀ ਸ਼ੁਰੂ ਹੋਈ ਸੀਗੀ ਉਦੋਂ ਲੋਕਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਗੜਬੜ ਹੋਏਗੀ, ਉਦੋਂ ਵੀ ਲੋਕ ਵਿਰੋਧ ਕਰਦੇ ਸੀਗੇ ਉਸ ਇਲਾਕੇ ਦੇ, ਪਰ ਉਸ ਵੇਲੇ ਲੋਕਾਂ ਦੇ ਸਾਰੇ ਮੂਵਮੈਂਟ ਨੂੰ ਦਬਾ ਦਿੱਤਾ ਗਿਆ, ਜਾਣ ਬੁੱਝ ਕੇ ਦਬਾਇਆ ਗਿਆ। ਸੋ ਮੈਂ ਇਹ ਕਹਿਣਾ ਚਾਹੁੰਦਾ, ਚਾਹੇ ਅਕਾਲੀ ਦਲ ਹੈ, ਉਸ ਤੋਂ ਬਾਅਦ ਕਾਂਗਰਸ ਆਈ 5 ਸਾਲ ਰਹੀ, ਉਸ ਵੇਲੇ ਵੀ ਉਹਨਾਂ ਨੇ ਉਸ ਵੇਲੇ ਵੀ ਲਗਾਤਾਰ ਪੋਲੂਸ਼ਨ ਜਿਹੜਾ ਸੀਗਾ ਪੰਜਾਬ 'ਚ ਹੋ ਰਿਹਾ ਸੀਗਾ, ਲਗਾਤਾਰ ਪਾਣੀ ਬਰਬਾਦ ਹੋ ਰਿਹਾ ਸੀਗਾ, ਔਰ ਇਕੱਲਾ ਪਾਣੀ ਨਹੀਂ ਹਵਾ ਜਿਹੜੀ ਹਰ ਚੀਜ਼ ਜਿਹੜੀ ਪੰਜਾਬ ਦੀ ਆਪਾਂ ਸਾਰੇ ਜਾਣਦੇ ਹਾਂ, ਦਰਿਆਵਾਂ ਦੀ 5 ਦਰਿਆਵਾਂ ਦੀ ਧਰਤੀ ਜਿਹਨੂੰ ਕਿਹਾ ਜਾਂਦਾ ਹੈ, ਉਹ ਸਾਰੇ ਦਰਿਆ ਬੁੱਢਾ ਨਾਲਾ ਜਿਹੜਾ ਸੀਗਾ ਉਹਨਾਂ ਵੇਲਿਆਂ 'ਚ ਤਬਾਹ ਹੋਇਆ। ਸੋ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਜਿਹੜੇ ਵਾਤਾਵਰਨ ਦੇ ਜ਼ਿਆਦਾ ਜਿਹੜੇ ਹੁਣ ਇਹ ਗੱਲਾਂ ਕਰ ਰਹੇ ਨੇ, ਵਾਤਾਵਰਨ ਵਾਲੇ ਕੋਈ ਵੀ ਸਰਕਾਰ, ਪਿਛਲੀਆਂ ਸਰਕਾਰਾਂ ਇੰਨੀਆਂ ਸੰਵੇਦਨਸ਼ੀਲ ਨਹੀਂ ਸੀਗੀ, ਜਿਹਦੇ ਕਰਕੇ ਅੱਜ ਪੰਜਾਬ ਦੀ ਹਾਲਤ ਤੱਕ ਪਹੁੰਚੀ ਹੈ। ਡਾਕਟਰ ਭੀਮਿੰਦਰ, ਇਹ ਇਤਿਹਾਸ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ। ਜੀ ਜੀ, ਡਾਕਟਰ ਭੀਮਿੰਦਰ ਤੁਹਾਡੀ ਗੱਲ ਆਵੇਗੀ ਹੈ, ਭੁੱਲਰ ਸਾਹਿਬ ਕਮੈਂਟ ਦੇਣਾ ਚਾਹੁੰਦੇ, ਪਰ ਮੈਂ ਇੱਕ ਸਵਾਲ ਜਿਹੜਾ ਬਰਾਗੀ ਸਾਹਿਬ ਨੂੰ ਵੀ ਲਿਆਂਦਾ ਹੈ, ਉਹਨਾਂ ਨੇ ਕਿਹਾ ਜਦੋਂ ਫੈਕਟਰੀ ਦੇ ਬਾਰੇ 'ਚ ਆ ਗਿਆ ਕਿ ਇਸ ਤਰ੍ਹਾਂ ਦੀ ਉਹਨਾਂ ਨੇ ਕਤਾਹੀ ਕੀਤੀ ਹੈ, ਨੁਕਸਾਨ ਕੀਤਾ ਹੈ, ਤਾਂ ਉਸ ਮਾਲਕ ਦੇ ਖਿਲਾਫ਼ ਵੀ ਕੇਸ ਦਰਜ ਹੋਣਾ ਚਾਹੀਦਾ, ਇਹ ਵੀ ਮੰਗ ਉੱਠ ਰਹੀ ਹੈ। ਇਹ ਗੱਲ ਬਰਾਗੀ ਸਾਹਿਬ ਦੀ ਬਿਲਕੁਲ ਠੀਕ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਫੇਰ ਕਹਾਂਗਾ ਕਿ ਕਮੇਟੀ ਜਿਹੜੀ ਬਣੇਗੀ, ਕਮੇਟੀ ਦੀਆਂ ਰਿਪੋਰਟਾਂ ਲਈਆਂ ਜਾਣਗੀਆਂ, ਉਹਦੇ ਆਧਾਰ ਦੇ ਉੱਤੇ ਜਿਹੜਾ ਵੀ ਕਾਨੂੰਨ ਦੇ ਦਾਇਰੇ ਵਿੱਚ ਜੋ ਸਜ਼ਾ ਹੋਏਗੀ ਉਹ ਜ਼ਰੂਰ ਮਿਲੇਗੀ, ਇਹਦੇ ਵਿੱਚ ਤਾਂ ਮਿਲਣੀ ਚਾਹੀਦੀ ਹੈ। ਜੇ ਕੋਈ ਕਿਸੇ ਵੱਲੋਂ ਵੀ, ਚਾਹੇ ਉਹ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਕਤਾਹੀ ਹੋਈ ਹੈ ਜਾਂ ਕਿਸੇ ਫੈਕਟਰੀ ਮਾਲਕਾਂ ਵੱਲੋਂ ਕਤਾਹੀ ਹੋਈ ਹੈ, ਜਿਹੜੇ ਸੀਗੇ ਸਾਰੀਆਂ ਚੀਜ਼ਾਂ ਨੂੰ ਕਾਨੂੰਨ ਦੇ ਮੁਤਾਬਕ ਜਿਹੜਾ ਹੈਗਾ ਨਜਿੱਠਿਆ ਜਾਏਗਾ, ਪਰ ਇਹਦੇ ਲਈ ਸਮਾਂ ਚਾਹੀਦਾ ਹੁੰਦਾ। ਮੈਂ ਫਿਰ ਕਹਾਂਗਾ ਕਿ ਇਹ ਤਾਂ ਕੋਈ, ਇਹ ਤਾਂ ਹੈ ਨੀ ਕਿ ਰਾਤੋ ਰਾਤ ਅਸੀਂ ਕੋਈ ਫੈਸਲਾ ਸੁਣਾ ਦਈਏ ਕਿ ਕੱਲ ਨੂੰ ਉਹ ਫੈਸਲਾ ਫਿਰ ਦੁਬਾਰਾ ਸਾਨੂੰ ਵਾਪਸ ਲੈਣਾ ਪਵੇ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਡਾਕਟਰ ਸਾਹਿਬ। ਦੇ ਅਨੁਸਾਰ ਜਿਹੜਾ ਹੈਗਾ ਉਹਨਾਂ ਦਾ ਜੋ ਫੈਸਲਾ ਹੋਏਗਾ ਉਹਦੇ ਮੁਤਾਬਕ ਹੀ ਸਰਕਾਰ ਉਹਦੇ ਉੱਤੇ ਐਕਟ ਕਰੇਗੀ। ਸਿੱਧੂ ਸਾਹਿਬ, ਥੈਂਕ ਯੂ ਡਾਕਟਰ ਸਾਹਿਬ, ਤੁਹਾਡੀ ਗੱਲ ਆ ਗਈ। ਪੁਲਿਸ ਸਾਹਿਬ, ਮੈਂ ਤੁਹਾਡੇ ਤੋਂ ਸਵਾਲ ਜ਼ਰੂਰ ਲੈਣਾ, ਸੰਦੀਪ ਜੀ ਕੁਝ ਕਹਿਣਾ ਚਾਹੁੰਦੇ ਆ, ਪਰ ਸੰਦੀਪ ਜੀ ਦਾ ਅੱਜ ਪਹਿਲਾ ਹੱਕ ਹੈ। ਸੰਦੀਪ ਜੀ। ਹਾਂਜੀ ਸਿੱਧੂ ਸਾਹਿਬ, ਜਿੱਦਾਂ ਬਰਾਗੀ ਸਾਹਿਬ ਨੇ ਆਪਾਂ ਨੂੰ ਗੱਲ ਪਹਿਲਾਂ ਕਹੀ ਆ ਕਿ ਇਹ ਗੱਲ ਮੈਂ ਪਹਿਲਾਂ ਵੀ ਕਰਨੀ ਚਾਹੁੰਦਾ ਸੀਗਾ, ਪਰ ਮੈਂ ਕਿਹਾ ਵੀ ਫਿਰ ਸਾਰੇ ਸਾਥੀਆਂ ਨੂੰ ਬੋਲ ਦਿੰਦੀ, ਉਸ ਤੋਂ ਬਾਅਦ ਇਹ ਗੱਲ ਕਰਾਂਗੇ ਕਿ ਭਗਵੰਤ ਮਾਨ ਜੀ ਨੇ ਜਿਹੜਾ ਇਹ ਫੈਸਲਾ ਕੀਤਾ, ਮੈਂ ਤੁਹਾਨੂੰ ਅੱਗੇ ਵੀ ਪਹਿਲਾਂ ਕਹਿ ਗਿਆ ਜਿੱਦੇ ਸਾਡੀ ਮੀਟਿੰਗ ਸੀ 15, ਉਦਾਂ ਹੀ ਲੈ ਲੈਣਾ ਚਾਹੀਦਾ ਸੀ ਫੈਸਲਾ।
ਪਹਿਲਾਂ ਨਹੀਂ ਲੈ। ਚਲੋ ਉਸ ਦੇ ਨਾਲ ਸੰਬੰਧਿਤ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਪਿਛਲੀ 17-18 ਦਸੰਬਰ ਨੂੰ ਜਿਹੜੇ ਲੋਕਾਂ ਦੇ ਉੱਤੇ ਕੇਸ ਦਰਜ ਕੀਤੇ ਗਏ ਸੀ, ਉਸ ਤੋਂ ਬਾਅਦ ਚੱਲਦੇ ਮੋਰਚੇ ਦੇ ਦੌਰਾਨ ਜਿਹੜੇ ਦੋ ਪ੍ਰਭਾਵਿਤ ਪਿੰਡ ਸੀ, ਰਟੌਰ ਰੋਹੀ ਤੇ ਮਸੂਰਵਾਲ, ਜਿਨ੍ਹਾਂ ਦੇ ਵਿਚਕਾਰ ਇਹ ਫੈਕਟਰੀ ਹੈਗੀ ਆ। ਸਿੱਧੂ ਸਾਹਿਬ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ 178 ਦਿਨਾਂ ਦੇ ਵਿੱਚ, ਚਲੋ 6 ਮਹੀਨੇ ਆਪਾਂ ਮੰਨ ਕੇ ਚੱਲੀਏ, 6 ਮਹੀਨਿਆਂ ਦੇ ਵਿੱਚ ਫੈਕਟਰੀ ਦੇ ਪ੍ਰਦੂਸ਼ਣ ਦੇ ਨਾਲ ਸੰਬੰਧਿਤ ਬਿਮਾਰੀਆਂ ਦੇ ਨਾਲ 7 ਮੌਤਾਂ ਸਾਡੇ ਇੱਥੇ ਹੋ ਗਈਆਂ ਨੇ ਜੀ। ਸੋ ਉਹ ਜਿਹੜੇ ਮੁੰਡੇ ਜਿਹੜੇ ਲਾਸਟ 2 ਮੌਤਾਂ ਹੋਈਆਂ ਨੇ, ਰਾਜਵੀਰ ਸਿੰਘ ਦੀ ਤੇ ਬੂਟਾ ਸਿੰਘ ਦੀ, ਉਹਨਾਂ ਨੇ ਆਪਦੇ ਮੂੰਹ ਤੋਂ ਇਹ ਗੱਲ ਕਹੀ ਸੀ ਕਿ ਸਾਨੂੰ ਜਿਹੜੀਆਂ ਬਿਮਾਰੀਆਂ ਲੱਗੀਆਂ ਨੇ ਫੈਕਟਰੀ ਨਾਲ ਲੱਗੀਆਂ ਨੇ। ਜਿਹੜਾ ਬੂਟਾ ਜਿਹੜਾ ਤਾਂ ਰਾਜਵੀਰ ਸੀਗਾ, ਉਹਦਾ ਘਰ ਉਹਦੀ ਫੈਕਟਰੀ ਦੇ ਨਾਲ ਕੰਧ ਦੇ ਨਾਲ ਬਿਲਕੁਲ ਜ਼ਮੀਨ ਸੀ ਤੇ 400 ਮੀਟਰ ਦੇ ਉੱਤੇ ਉਹਦਾ ਘਰ ਸੀਗਾ, ਜਿਹੜਾ ਉਹਦੇ ਬਿਮਾਰੀ ਲੱਗਣ ਦਾ ਮੇਨ ਕਾਰਨ ਸੀ। ਜਿਹੜਾ ਬੂਟਾ ਸਿੰਘ ਸੀ, ਉਹ ਕੁਛ ਟਾਈਮ ਤੱਕ ਇੱਥੇ ਨੌਕਰੀ ਵੀ ਕਰਦਾ ਰਿਹਾ ਸੀਗਾ ਫੈਕਟਰੀ ਦੇ ਵਿੱਚ, ਜਿਸ ਤੋਂ ਬਾਅਦ ਉਹਨੂੰ ਐਲਰਜੀ ਹੋ ਗਈ ਤੇ ਉਹ ਲਗਾਤਾਰ ਜਿਹੜੀ ਉਹਦੀ ਬਿਮਾਰੀ ਵੱਧਦੀ ਤੇ ਉਹਦੀ ਹੁਣ ਮੌਤ ਹੋ ਗਈ। ਸੋ ਇਹ ਇਹਨਾਂ ਨੂੰ ਕੋਈ ਜਿਹੜਾ ਮੁਆਵਜ਼ਾ ਵਗੈਰਾ ਦੇਣਾ ਚਾਹੀਦਾ ਸੀ। ਕੁਛ ਜਿਹੜੇ ਪਰਿਵਾਰ ਜਿਹੜੇ ਨੇ ਉਹ ਮਤਲਬ ਉਹਨਾਂ ਦੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈਗਾ, ਉਹਨਾਂ ਨੂੰ ਵੀ ਉਹ ਨੌਕਰੀ ਵਗੈਰਾ ਸਰਕਾਰੀ ਦਾ ਕੋਈ ਐਲਾਨ ਕਰਨਾ ਚਾਹੁੰਦਾ ਚਾਹੀਦਾ ਸੀ। ਹੁਣ ਮੈਂ ਇੱਕ ਭਗਵੰਤ ਮਾਨ ਜੀ ਨੂੰ ਮਤਲਬ ਹੋਰ, ਚਲੋ ਮੈਂ ਐਲਾਨ ਤਾਂ ਨਹੀਂ ਹਜੇ ਕਹਿੰਦਾ, ਮੈਂ ਬੇਨਤੀ ਕਰਦਾ ਕਿ ਇਹ ਜਿਹੜਾ ਮਤਲਬ ਪਿਛਲੇ ਟਾਈਮ ਦੇ ਵਿੱਚ ਇਹ ਜਿਹੜੀਆਂ ਹੋਈਆਂ ਨੇ ਸਾਰੀਆਂ ਗੱਲਾਂ, ਜੇ ਮਾਨ ਸਾਹਿਬ ਇਹ ਐਲਾਨ ਇਹਨਾਂ ਨੇ ਅੱਜ ਕੀਤਾ ਹੈਗਾ ਤੇ ਇਹ ਇੱਥੇ ਮੋਰਚੇ ਦੇ ਉੱਤੇ ਆ ਕੇ ਇਹ ਵਾਲੇ ਜਿਹੜੇ ਐਲਾਨ ਆ ਇਹ ਵੀ ਜ਼ਰੂਰ ਇਹਨਾਂ ਨੂੰ ਕਰਕੇ ਜਾਣੇ ਚਾਹੀਦੇ ਨੇ। ਤੇ ਇੱਕ ਇੱਕ ਗੱਲ ਮੈਂ ਸਰ ਰਹਿ ਗਈ ਮੇਰੀ, ਸਿੱਧੂ ਸਾਹਿਬ ਇੱਕ ਮਿੰਟ ਮੈਂ ਕੁਛ ਸਕਿੰਟ ਲਾਊਂਗਾ ਤੁਹਾਡੇ, ਕਿ ਇਹਦੇ ਨਾਲ ਜਿਹੜੇ ਸੰਬੰਧਿਤ ਡਿਪਾਰਟਮੈਂਟ ਆ, ਖਾਸ ਕਰਕੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ, ਜਿਹੜੇ ਇਹਨਾਂ ਨੂੰ NOC ਵਗੈਰਾ ਦਿੰਦੇ ਰਹੇ ਨੇ, ਤੇ ਖਾਸ ਕਰਕੇ ਮੈਂ ਇੱਕ ਨਾਮ ਲੈ ਦੇਣਾ ਚਾਹੁੰਦਾ ਤੁਹਾਡੇ ਪ੍ਰੋਗਰਾਮ ਵਿੱਚ, ਇੱਕ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਅਧਿਕਾਰੀ ਨੇ ਬਾਬੂ ਰਾਮ ਜੀ, ਜਿਹੜੇ ਕਿ 2010 ਦੇ ਵਿੱਚ ਜਿਹੜੀ ਵਿਰਸਾ ਸਿੰਘ ਬਟੋਆ ਨੇ ਆਪਣੇ ਨਾਲ ਉਹਦੀ ਡਿਸਕਸ ਕੀਤੀ, ਜਿਹੜੀ ਕਮੇਟੀ ਬਣੀ ਸੀ ਅਕਾਲੀ ਸਰਕਾਰ ਦੇ ਵਿੱਚ 8 ਦੇ ਵਿੱਚ, 10 ਦੇ ਵਿੱਚ ਉਹਨਾਂ ਦੀ ਰਿਪੋਰਟ ਆਈ ਸੀ, ਉਹ ਰਿਪੋਰਟ ਤੇ ਵੀ ਉਹਨਾਂ ਨੇ ਟੀਕਾ ਟਿੱਪਣੀ ਕੀਤੀ ਸੀ। ਉਸ ਤੋਂ ਬਾਅਦ 2016 ਦੇ ਵਿੱਚ ਜਦੋਂ ਇਹਨਾਂ ਨੇ ਇਥਨੋਲ ਦਾ ਪਲਾਂਟ ਆਪਦਾ ਵੱਡਾ ਕੀਤਾ, ਤੇ ਜਿਹੜੀ ਪਬਲਿਕ ਹੇਅਰਿੰਗ ਹੋਈ ਆ ਫਰੀਦਕੋਟ, ਜਿਹੜਾ ਫਿਰੋਜ਼ਪੁਰ ਦੇ ਵਿੱਚ ਫੈਕਟਰੀ ਹੈ ਤੇ ਫਰੀਦਕੋਟ ਦੇ ਲੋਕ ਉਹ ਪਬਲਿਕ ਹੇਅਰਿੰਗ ਦੇ ਵਿੱਚ ਆਉਂਦੇ ਨੇ, ਉਹਦੇ ਵਿੱਚ ਵੀ ਮੇਨ ਜਿਹੜਾ ਰੋਲ ਅਦਾ ਕਰ ਰਹੇ ਸੀ ਉਹ ਬਾਬੂ ਰਾਮ ਜੀ ਸੀ, ਉਹਨਾਂ ਦੀ ਮਤਲਬ ਨੁਮਾਇੰਦਗੀ ਦੇ ਵਿੱਚ ਉਹ ਜਿਹੜੀ ਪਬਲਿਕ ਹੇਅਰਿੰਗ ਹੋਈ ਸੀ। ਉਸ ਤੋਂ ਬਾਅਦ ਜਿਹੜੀ ਜਿਹਨੂੰ NGT ਦਾ ਨਾਮ ਦਿੱਤਾ ਜਾਂਦਾ ਸੀ, ਪਰ ਉਹ NGT ਦੀ 85 ਪੇਜਾਂ ਦੀ ਜਿਹੜੀ ਰਿਪੋਰਟ ਆਈ ਹੈ ਜੀ, ਜਸੰਤ ਸੀਚੇਵਾਲ ਜੀ, ਜਸਟਿਸ ਜਸਬੀਰ ਸਿੰਘ ਜੀ ਆਏ ਸੀਗੇ, ਉਹਨੂੰ ਉਹਦੇ ਵਿੱਚ ਵੀ ਉਹ ਜਿਹੜੇ ਟੈਕਨੀਕਲ ਐਕਸਪਰਟ ਦੇ ਤੌਰ ਤੇ ਬਾਬੂ ਰਾਮ ਜੀ ਨੂੰ ਲਿਆ ਗਿਆ ਸੀਗਾ। ਜੇ ਬਾਬੂ ਰਾਮ ਜੀ ਤੇ ਖਾਸ ਕਰਕੇ ਜਿਹੜੇ ਪਿਛਲੇ ਅਧਿਕਾਰੀ ਸੀ ਪੋਲਿਊਸ਼ਨ ਕੰਟਰੋਲ ਬੋਰਡ ਦੇ, ਜੇ ਉਹਨਾਂ ਦੀ ਜਾਂਚ ਕੀਤੀ ਜਾਵੇ ਤਾਂ ਸਰਕਾਰ ਨੂੰ, ਮੈਂ ਖਾਸ ਕਰਕੇ ਭੀਮਿੰਦਰ ਜੀ ਤੁਸੀਂ ਸਰਕਾਰ ਚੋਂ, ਤੁਸੀਂ ਖਾਸ ਕਰਕੇ ਨਾਮ ਨੋਟ ਕਰ ਲਓ ਬਾਬੂ ਰਾਮ ਜੀ, ਇਹਨਾਂ ਦੀਆਂ ਜਿਹੜੀਆਂ ਜ਼ਮੀਨ ਜਿਹੜੀਆਂ ਜਾਇਦਾਦਾਂ ਵਗੈਰਾ ਨੇ ਇਹਨਾਂ ਦੀ ਘੋਖ ਕੀਤੀ ਜਾਵੇ, ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਿਹੜੇ ਅਧਿਕਾਰੀ NOC ਵਗੈਰਾ ਇਹਨਾਂ ਨੂੰ ਦਿੰਦੇ ਰਹਿਣ, ਜਿਹੜੇ ਦਿੰਦੇ ਰਹੇ ਨੇ NOC ਵਗੈਰਾ ਇਹਨਾਂ ਨੂੰ ਪਿਛਲੇ ਟਾਈਮ ਦੇ ਵਿੱਚ, ਤੇ ਤੁਹਾਨੂੰ ਬਿਲਕੁਲ ਜ਼ੀਰਾ ਫੈਕਟਰੀ ਬੰਦ ਹੋਣਾ ਆਪਣੇ ਆਪ 'ਚ ਵੱਡਾ ਫੈਸਲਾ ਲਿਆ ਗਿਆ, ਫਿਰ ਵੀ ਵੱਡੇ ਸਵਾਲ ਹੈ। ਪੁਲਿਸ ਇਸ ਮਾਮਲੇ 'ਤੇ ਤੁਸੀਂ ਕਮੈਂਟ ਕਰਨਾ ਚਾਹੁੰਦੇ ਪਲੀਜ਼, ਉਸ ਤੋਂ ਬਾਅਦ ਮੈਂ ਬਾਕੀ ਮਹਿਮਾਨਾਂ ਤੋਂ ਸਵਾਲ ਲਵਾਂਗਾ। ਗੱਲ ਹੈ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਬੜੀ ਇੱਕ ਐਗਜ਼ਾਮਪਲ ਦਿੱਤੀ ਪੰਜਾਬੀ ਦੀ ਕਿ ਛੱਜ ਦੇ ਬੋਲੇ ਛਾਨਣੀ ਕੀ ਬੋਲੇ। ਛਾਨਣੀ ਤਾਂ ਆਮ ਆਦਮੀ ਪਾਰਟੀ ਦੇ ਲੋਕ ਨੇ, ਜਿਹੜੇ ਇਹਨਾਂ ਦੀ ਛਾਨਣੀ 'ਚ ਆ ਜਾਂਦਾ ਉਹਨੂੰ ਇਹ ਛਾਣ ਕੇ ਕਹਿ ਜਾਂਦੇ ਬਹੁਤ ਵਧੀਆ ਹੋ ਗਿਆ ਜੀ, ਅਸੀਂ ਉਹਦੀ ਗਰੰਟੀ ਲੈਂਦੇ ਹਾਂ, ਬੜਾ ਇਮਾਨਦਾਰ ਕੱਟੜੇ ਇਮਾਨਦਾਰ ਹੈ। ਦੀਪ ਮਲਹੋਤਰਾ ਦੇ ਨਾਲ ਅੱਜ ਭਾਈਵਾਲ ਨੇ, ਭਾਵੇਂ ਪੰਜਾਬ 'ਚ ਨੇ ਭਾਵੇਂ ਦਿੱਲੀ ਦੇ ਵਿੱਚ ਨੇ, ਸਾਰੇ ਠੇਕੇ ਉਹਨੂੰ ਦਿੱਤੇ ਹੋਏ ਨੇ ਇਹਨਾਂ ਨੇ। ਔਰ ਦੂਜੀ ਗੱਲ ਜਿਹੜਾ ਮੈਂ ਇਹਨਾਂ ਨੂੰ ਸਵਾਲ ਕੀਤਾ ਉਹਦਾ ਜਵਾਬ ਦੇ ਦੇਣ ਵੀ ਪੋਲਿਊਸ਼ਨ ਕੰਟਰੋਲ ਦਾ ਚੇਅਰਮੈਨ, ਇਕੱਲਾ ਬਾਬੂ ਰਾਮ ਦੀ ਗੱਲ ਹੀ ਕਰੀ ਜਾਂਦੇ ਹੈ ਮੇਰੇ ਮਿੱਤਰ ਜਿਹੜੇ ਨੇ ਢਿੱਲੋਂ ਸਾਹਿਬ, ਜਿਹੜਾ ਪੋਲਿਊਸ਼ਨ ਕੰਟਰੋਲ ਦਾ ਚੇਅਰਮੈਨ ਹੈ ਉਹ ਉਦੋਂ ਵੀ ਸੀ, ਕਾਂਗਰਸ ਸਰਕਾਰ ਦੇ ਟਾਈਮ ਵੀ ਸੀ, ਅੱਜ ਆਮ ਆਦਮੀ ਪਾਰਟੀ ਨੇ ਉਹਨੂੰ ਚੇਅਰਮੈਨ ਬਣਾ ਕੇ ਰੱਖਿਆ ਹੋਇਆ। ਕੀ ਉਹਦੇ ਖਿਲਾਫ ਕਾਰਵਾਈ ਆਮ ਆਦਮੀ ਪਾਰਟੀ ਕਰੇਗੀ? ਬਾਬੂ ਰਾਮ ਦੇ ਖਿਲਾਫ ਤਾਂ ਕਰੇ ਹੀ ਕਰੇ, ਚੇਅਰਮੈਨ ਤਾਂ ਉਹੀ ਰਿਹਾ ਨਾ ਪਿਛਲੇ ਟਾਈਮ ਦੇ ਵਿੱਚ, ਚਾਹੇ ਸਾਡਾ ਟਾਈਮ ਸੀਗਾ, ਚਾਹੇ ਕਾਂਗਰਸ ਦਾ ਟਾਈਮ ਸੀਗਾ, ਚਾਹੇ ਤੁਹਾਡਾ ਟਾਈਮ ਹੈ, ਤੁਸੀਂ ਵੀ ਉਹਨੂੰ ਅਡੋਪਟ ਕੀਤਾ ਅੱਗੇ। ਅਤੇ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਹੈ, ਤੁਸੀਂ ਇਸ ਗੱਲ ਤੋਂ ਮੁਕਰ ਨਹੀਂ ਸਕਦੇ ਕਿ ਤੁਸੀਂ ਬਾਰ ਬਾਰ ਯੂ ਟਰਨ ਲਿਆ, ਔਰ ਪੰਜਾਬੀ ਦੇ ਸਪਸ਼ਟ ਲੋਕਾਂ 'ਚ ਕਹੂੰਗਾ ਕਿ ਥੁੱਕੇ ਚੱਟਣ ਵਾਲੀ ਪਾਰਟੀ ਹੈ, ਥੁੱਕੇ ਵੀ ਚੱਟਿਆ। ਆ ਗਈ ਬਾਕੀ ਮਹਿਮਾਨਾਂ ਦੀ ਦੁਆਨਾ। ਮੈਂ ਤਰੁੜਾ ਜੀ ਤੁਹਾਡੇ ਤੋਂ ਮੈਂ ਸਵਾਲ ਇਸ ਮੁੱਦੇ 'ਤੇ ਲੈਣਾ ਚਾਹਾਂਗਾ, ਜੋ ਸਥਿਤੀ ਇਸ ਵੇਲੇ ਬਣੀ ਆ, ਦੇਖੋ ਜ਼ੀਰਾ ਫੈਕਟਰੀ ਤਾਂ ਬੰਦ ਹੋਈ ਹੋਈ ਹੈ, ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ ਹੈ, ਆਪਾਂ ਸਾਰੇ ਹੁਣ ਜਾਣਦੇ ਇਸ ਮੁੱਦੇ 'ਤੇ, ਪਰ ਉਸ ਤੋਂ ਅੱਗੇ ਵੀ ਕੜੀ ਕਿਤੇ ਜਾ ਕੇ ਤੰਦਾਂ ਜੁੜਦੀਆਂ ਵੀ, ਆਖਰ ਇਹ ਕਿਉਂ ਵਾਪਰਿਆ? ਭਰਾ ਸਿੱਧੂ ਸਾਹਿਬ, ਤੁਸੀਂ ਕੱਲ ਵੀ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਿਆਨ ਸੁਣੋ ਕਿ ਸਾਡਾ ਕੋਈ ਕੰਪਰੋਮਾਈਜ਼ ਨਹੀਂ ਭ੍ਰਿਸ਼ਟਾਚਾਰ ਦੇ ਨਾਲ। ਬਾਈ ਜੇ ਤੁਹਾਡਾ ਨਹੀਂ ਕੋਈ ਕੰਪਰੋਮਾਈਜ਼ ਹੈਗਾ, ਤੁਸੀਂ ਉਹਨਾਂ ਲੋਕਾਂ ਨੂੰ ਕਿਉਂ ਨੀ ਚੱਕ ਕੇ ਅੰਦਰ ਕਰਦੇ ਜਿਨ੍ਹਾਂ ਨੇ NOC ਦਿੱਤੀ? ਇੰਨੇ ਸਾਲ NOC ਦਿੰਦੇ ਰਹੇ, ਜਿਹੜਾ ਵੀ ਵਿਅਕਤੀ, ਜਿਹੜੀ ਪਾਰਟੀ ਦਾ ਲੀਡਰ, ਜਿਹੜਾ ਅਫਸਰ ਇਸ ਦੇ ਵਿੱਚ ਦੋਸ਼ੀ ਆ, ਉਹਨਾਂ ਨੂੰ ਚੱਕ ਕੇ ਅੰਦਰ ਕਰੋ।
बिल्कुल पीड़ित परिवार नु मुआवजा देना चाहिए सरकार नु जी। तुसी देखो ना बाकी बाकी लोगों का सरकार भज भज तुरदी है कि लो जी आ करोड़ रुपया ले लो दो करोड़ ले लो, उन्हां दा की कसूर है जिन्हां जिन्हां दे गुआंढ शराब फैक्ट्री हैगी सी ते उन्हां लोगों की मौत जिहड़ी आ पोल्यूशन करके हुई जी। दुआं जी दुआं जी एक सवाल जिहड़ा हैगा डॉक्टर भीमेंद्र होणा ने जिहड़ी गल ਉਹਨਾਂ ਲੋਕਾਂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਐਲਾਨ ਵੀ ਅੱਜ ਹੀ ਹੋਣਾ ਚਾਹੀਦਾ ਸੀ। ਡਾਕਟਰ ਭੀਮਿੰਦਰ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਵੀ ਦੋਸ਼ੀ ਪਾਇਆ ਜਾਏਗਾ, ਡਾਕਟਰ ਭੀਮਿੰਦਰ ਉਹਨਾਂ ਨੇ ਆਪਣੀ ਬਹਿਸ 'ਚ ਇਹ ਗੱਲ ਕਹੀ ਹੈ ਕਿ ਬਖਸ਼ਿਆ ਨਹੀਂ ਜਾਏਗਾ, ਕਾਰਵਾਈ ਹੋਏਗੀ। ਡਾਕਟਰ ਭੀਮਿੰਦਰ ਉਹਨਾਂ ਦੇ ਕਮੈਂਟ ਆਏ ਦਵਾਨ ਜੀ ਏਦਾਂ ਸਿੱਧੂ ਜੀ ਇਹਨਾਂ ਨੇ ਜਿਹੜੀ ਕਮੇਟੀਆਂ ਬਣਾਈਆਂ ਉਹਨਾਂ ਨੂੰ ਮਹੀਨਾ ਮਹੀਨਾ ਹੋ ਗਿਆ ਕੋਈ ਰਿਪੋਰਟ ਨਹੀਂ ਹੈ। ਇਹਨਾਂ ਨੂੰ ਰਿਪੋਰਟ ਪਹਿਲਾਂ ਜਨਤਾ ਕਰਨੀ ਚਾਹੀਦੀ ਸੀ, ਇਹਨਾਂ ਨੇ ਫੈਸਲਾ ਪਹਿਲੇ ਲੈ ਲਿਆ ਤੇ ਅੱਜ ਕਹਿ ਰਹੇ ਆ ਵੀ ਰਿਪੋਰਟ ਆਊਗੀ, ਰਿਪੋਰਟ ਆਉਣ ਤੇ ਅਸੀਂ ਕਾਰਵਾਈ ਕਰਾਂਗੇ। ਪਹਿਲੇ ਰਿਪੋਰਟ ਲਾਂਦੇ ਉਹਨਾਂ ਕਮੇਟੀਆਂ ਦੇ ਕੋਲੋਂ, ਉਸ ਤੋਂ ਬਾਅਦ ਇਹ ਡਿਸਾਈਡ ਕਰਦੇ ਆ ਜੀ। ਤੁਹਾਡੀ ਗੱਲ ਆ ਗਈ ਜੀ, ਦਵਾਨ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ, ਥੈਂਕ ਯੂ ਵੈਰੀ ਮਚ, ਥੈਂਕ ਯੂ ਦਵਾਨ ਜੀ। ਬਰਾਗੀ ਜੀ ਇਸੇ ਮਾਮਲੇ ਤੇ ਡਾਕਟਰ ਭੀਮਿੰਦਰ ਉਹਨਾਂ ਦਾ ਕਹਿਣਾ ਕਿ ਜਿਹੜੇ ਵੀ ਦੋਸ਼ੀ ਪਾਏ ਜਾਣਗੇ ਕਾਰਵਾਈ ਕਰੀ ਜਾਏਗੀ, ਪਰ ਫਿਰ ਵੀ ਸਵਾਲ ਉੱਠੇ ਕਿ ਬਹੁਤ ਕੁਝ ਇਸ ਮਾਮਲੇ 'ਚ ਨਿਕਲ ਕੇ ਸਾਹਮਣੇ ਆ ਰਿਹਾ। ਚਲੋ ਡਾਕਟਰ ਭੀਮਿੰਦਰ ਜੀ ਮੇਰੇ ਵੱਡੇ ਛੋਟੇ ਭਰਾ ਨੇ, ਬਿਲਕੁਲ ਉਹ ਜਿੰਨੀ ਕੁ ਡਿਊਟੀ ਉਹਨਾਂ ਨੂੰ ਅਸਾਈਨ ਹੋਈ ਆ ਜਾਂ ਜਿੰਨਾ ਕੁ ਉਹਨਾਂ ਦੇ ਡਾਇਰੈਕਟ ਕੰਮ ਹੈਗਾ ਉਹਨਾਂ ਕੋਲ ਸਟੇਟਮੈਂਟ ਦੇ ਸਕਦੇ ਆ ਤੇ ਦੇ ਰਹੇ ਆ, ਉਹ ਸ਼ਲਾਘਾ ਜਾਉਂਦਾ। ਪਰ ਸਿਰਸਾ ਵਿੱਚ ਜਿਹੜੀ ਇੱਕ ਅਹਿਮ ਗੱਲ ਆ, ਮੈਂ ਇੱਕ ਐਗਜ਼ਾਮਪਲ ਕੋਟ ਕਰਨਾ ਚਾਹੁੰਦਾ। ਫੈਕਟਰੀ ਤੋਂ 4 ਕਿਲੋਮੀਟਰ ਦੂਰ ਮਸੂਰਵਾਲ ਤੋਂ ਮਹੀਆ ਵਾਲਾ ਕਲਾਂ ਚ 670 ਫੁੱਟ ਤੋਂ ਬੋਰਡ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ। ਉਦੋਂ ਜਦੋਂ ਪਾਣੀ ਕੱਢਿਆ ਗਿਆ ਤਾਂ ਉਹਦੇ ਵਿੱਚੋਂ ਲਾਰ ਦੀ ਸਮੈਲ ਆ ਰਹੀ ਸੀਗੀ। ਫੈਕਟਰੀ ਤੋਂ 4 ਕਿਲੋਮੀਟਰ ਦੂਰੀ ਤੇ 670 ਫੁੱਟ ਬੋਰਡ ਕੀਤਾ ਜਾਂਦਾ ਗੁਰਦੁਆਰਾ ਸਾਹਿਬ ਤੇ ਸਮੈਲ ਆ ਰਹੀ ਆ। ਇੱਕ ਐਗਜ਼ਾਮਪਲ ਆ, ਪੰਜਾਬ ਗਵਰਨਮੈਂਟ ਲਈ ਔਖਾ ਜ਼ਰੂਰ ਹੈਗਾ ਕਿ ਇੱਕ ਪਾਸੇ ਅਸੀਂ ਇੰਡਸਟਰੀ ਨੂੰ ਇਨਵਾਈਟ ਕਰ ਰਹੇ ਹਾਂ ਤੇ ਦੂਸਰੇ ਪਾਸੇ ਸਾਨੂੰ ਸਟ੍ਰੈਂਥਨ ਵੀ ਹੋਣਾ ਪੈਣਾ ਇਨਵਾਇਰਮੈਂਟ ਨੂੰ ਬਚਾਉਣ ਲਈ। ਜੇ ਮੈਂ ਭਗਵੰਤ ਮਾਨ ਜੀ ਦੀ ਅੱਜ ਦੀ ਬਾਈਕ ਤੇ ਕੋਈ ਕਟਾਸ਼ ਕਰਾਂ ਤਾਂ ਇਹ ਜ਼ਰੂਰੀ ਹੋ ਜਾਂਦਾ ਵੀ 4 ਕਿਲੋਮੀਟਰ 5 ਕਿਲੋਮੀਟਰ ਉਹ ਜਿੰਨਾ ਵੀ ਦਾਇਰਾ ਹੈਗਾ ਉਹਨੂੰ ਈ ਮਾਰਕ ਕਰਕੇ ਸਪੈਸ਼ਲੀ ਉਸ ਏਰੀਏ ਦੇ ਲੋਕ ਜਿਹੜੇ ਕਿ ਸਾਹ ਦੀਆਂ ਦਿਲਾਂ ਦੀਆਂ ਅੱਖਾਂ ਦੀਆਂ ਤਮਾਮ ਬਿਮਾਰੀਆਂ ਨਾਲ ਜੂਝ ਰਹੇ ਆ ਉਹਨਾਂ ਨੂੰ ਇੱਕ ਤਾਂ ਆਈਡੈਂਟੀਫਾਈ ਕਰਨ ਦੀ ਲੋੜ ਹੈਗੀ ਆ। ਸੈਕਿੰਡਲੀ ਜਿੰਨੀ ਫੈਕਟਰੀ ਵੀ ਹੈਗਾ ਸਰਮਾਇਆ ਹੈਗਾ ਐਸੈਂਸ ਹੈਗੀਆਂ ਉਹਨੂੰ ਡਿਸਪੋਜ਼ ਆਫ ਕਰਕੇ ਉਹਨਾਂ ਲੋਕਾਂ ਦੇ ਜਿਹੜਾ ਨੁਕਸਾਨ ਹੋ ਗਿਆ ਭਰਪਾਈ ਕਰਨੀ ਚਾਹੀਦੀ ਹੈ ਤੇ ਨਾਲ ਹੀ ਜਿਹੜੇ 3000 ਦੇ ਕਰੀਬ ਉੱਥੇ ਇੰਪਲਾਈ ਕੰਮ ਕਰਦੇ ਸੀਗੇ ਉਹਨਾਂ ਨੂੰ ਵੀ ਆਈਡੈਂਟੀਫਾਈ ਕਰਕੇ ਜਿਹਨਾਂ ਦਾ ਉਸ ਸਪੇਸ ਤੇ ਕੋਈ ਰੋਲ ਨਹੀਂ ਸੀ ਉਹਨਾਂ ਨੂੰ ਵਿਕਲਪ ਵੀ ਲੱਭਣੇ ਚਾਹੀਦੇ ਆ ਵੀ ਉਹਨਾਂ ਨੂੰ ਕੋਈ ਜੌਬ ਦੂਜੀ ਦਿੱਤੀ ਜਾਵੇ ਕਿਉਂਕਿ ਉਹ ਲੋਕਾਂ ਦਾ ਉੱਥੇ ਕੋਈ ਕਸੂਰ ਨਹੀਂ। ਗਵਰਨਮੈਂਟ ਲਈ ਔਖਾ ਹੈਗਾ, ਬਹੁਤ ਜ਼ਿਆਦਾ ਔਖਾ। ਜੇ ਵਾਕਈ ਉਹ ਪਿਓਰ ਦਿੱਲੀ ਦੇ ਨਾਲ ਪੰਜਾਬ ਦੇ ਹਿੱਤ ਨੂੰ ਖੜਨਾ ਚਾਹੁੰਦੀ ਹੈ ਤੇ ਇਸ ਸਿਗਮਾ ਜਿਹੜਾ ਭੁੱਲਰ ਸਾਹਿਬ ਜਾਂ ਤਮਾਮ ਲੋਕੀ ਲਾਉਂਦੇ ਆ ਰਹੇ ਆ ਕਿ ਡੀ ਮਲਹੋਤਰਾ ਜਾਂ ਹੋਰ ਸ਼ਰਾਬ ਕਾਰੋਬਾਰੀਆਂ ਦੀ ਇਹਨਾਂ ਨਾਲ ਸਾਂਝ ਆ, ਉਹ ਆਪਣੇ ਮੱਥੇ ਤੇ ਲਾਉਣਾ ਚਾਹੁੰਦੀ ਆ ਕਿ ਜ਼ਰੂਰੀ ਆ ਵੀ ਉਹ ਸਪੈਕਟਰੀ ਦੀ ਜਿਹੜੇ ਐਸੈਟਸ ਆ ਉਹ ਡਿਸਪੋਜ਼ ਆਫ ਕਰਕੇ ਜਿੱਥੇ ਜਿੱਥੇ ਜਿਹੜੇ ਜਿਹੜੇ ਨੁਕਸਾਨ ਹੋਇਆ ਉਹਦੀ ਭਰਪਾਈ ਕੀਤੀ ਜਾਵੇ ਜੀ। ਡਾਕਟਰ ਭੀਮਿੰਦਰ ਸਵਾਵਿਕ ਆ ਕਿ ਸਾਰੇ ਮਹਿਮਾਨਾਂ ਵੱਲੋਂ ਸਵਾਲ ਤੁਹਾਡੇ ਵੱਲ ਹੀ ਸਿੱਧਿਤ ਹੋਣੇ ਸੀ। ਆਪਾਂ ਕਿਸਾਨ ਆਗੂ ਦੀ ਗੱਲ ਕਰ ਦਿੰਦੇ, ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ 'ਚ 7 ਮੌਤਾਂ ਹੋਈਆਂ, 2 ਮੌਤਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਹੀ ਹੋਈਆਂ। ਇਹ ਕਿਸੇ ਤਰੀਕੇ ਨਾਲ ਕੋਈ ਬਾਬੂ ਰਾਮ ਨਾਮ ਦਾ ਅਧਿਕਾਰੀ ਆ, ਕੌਣ ਆ ਬਾਬੂ ਰਾਮ? ਕਹਿੰਦੇ ਹਰ ਕਮੇਟੀ 'ਚ ਹੀ ਉਹ ਹੁੰਦਾ, ਹਰ ਪ੍ਰਵਾਨਗੀ ਵੇਲੇ ਉਹ ਹੁੰਦਾ, ਪਤਾ ਤਾਂ ਕੀਤਾ ਜਾਵੇ ਆਖਿਰ ਜਿਹੜਾ ਹੈਗਾ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਲਈ ਇਹੋ ਜਿਹੇ ਅਧਿਕਾਰੀ ਕਿਉਂ, ਕਿਹੜੀਆਂ ਗੱਲਾਂ ਲਈ ਉਹ ਜਾਣੇ ਜਾਂਦੇ ਆ ਜਾਂ ਕਿਉਂ ਇਸਤੇਮਾਲ ਕਰਦੇ ਆਪਣੇ ਅਧਿਕਾਰਾਂ ਨੂੰ? ਇਹਨਾਂ ਸਾਰੇ ਮਾਮਲਿਆਂ ਤੋਂ ਤਵੱਕੋਂ ਕੀਤੀ ਜਾਂਦੀ ਹੈ ਸਰਕਾਰ ਬਾਰੇ ਕਿ ਠੀਕ ਹੈ ਜੀਰਾ ਫੈਕਟਰੀ ਬੰਦ, ਕਿਸਾਨ ਆਗੂ ਨੇ ਵੀ ਕਿਹਾ ਕਿ ਸਵਾਗਤ ਹੈ, ਪਰ ਉਹ ਕਹਿੰਦੇ ਵੀ ਜੋ ਕੁਝ ਵਾਪਰ ਰਿਹਾ ਇਹਦੇ 'ਤੇ ਅੱਗੇ ਕਾਰਵਾਈ ਹੋਣੀ ਚਾਹੀਦੀ ਹੈ, ਔਰ ਫੈਕਟਸ ਦੱਸੇ ਆ ਉਹਨਾਂ ਨੇ ਜੀ। ਡਾਕਟਰ ਭੀਮਿੰਦਰ ਜੀ, ਸਿੱਧੂ ਸਾਹਿਬ ਦੇਖੋ, ਮੈਂ ਸਰਕਾਰ ਵੱਲੋਂ ਵੀ ਕਹਿਣਾ ਚਾਹੁੰਦਾ ਔਰ ਆਪਣੇ ਮੈਂ ਨਿੱਜੀ ਤੌਰ ਤੇ ਵੀ ਦੱਸਣਾ ਚਾਹੁੰਦਾ ਕਿ ਪਿਛਲੇ ਲਗਭਗ 6-7 ਸਾਲਾਂ ਤੋਂ ਲਗਾਤਾਰ, ਕਿਉਂਕਿ ਪੋਲਿਊਸ਼ਨ ਕੰਟਰੋਲ ਬੋਰਡ ਦਾ ਜਿਹੜਾ ਮੇਨ ਦਫ਼ਤਰ ਹੈ ਪਟਿਆਲੇ 'ਚ ਹੈ, ਚਾਹੇ ਕਾਂਸ ਪੰਨੂ ਹੋਰੀ ਸੀਗੇ ਕਿਸੇ ਵੇਲੇ ਉਹਦੇ ਜਿਹੜੇ ਡਾਇਰੈਕਟਰ ਸੀਗੇ ਜਾਂ ਉਹਨਾਂ ਤੋਂ ਬਾਅਦ ਹੋਰ ਜਿਹੜੇ ਲੋਕ ਆਏ, ਅਸੀਂ ਲਗਾਤਾਰ ਉਹਨਾਂ ਨੂੰ ਮਿਲ ਕੇ ਬੇਨਤੀ ਕਰਦੇ ਰਹੇ ਹਾਂ, ਚਾਹੇ ਉਹ ਬੁੱਢੇ ਨਾਲੇ ਦੀ ਸਮੱਸਿਆ ਹੋਵੇ, ਚਾਹੇ ਉਹ ਸਤਲੁਜ ਦੀ ਸਮੱਸਿਆ ਹੋਵੇ ਜਾਂ ਹੋਰ ਪਾਣੀ ਦੀ ਹਵਾ ਦੀ ਜਿਹੜੀ ਹੈਗੀ ਹੈ ਸਮੱਸਿਆਵਾਂ ਹੋਣ,
ਅਸੀਂ ਲਗਾਤਾਰ ਇਹਨਾਂ ਅਧਿਕਾਰੀਆਂ ਨੂੰ ਮਿਲ ਕੇ ਉਹਨਾਂ ਨੂੰ ਬੇਨਤੀ ਪੱਤਰ ਦਿੰਦੇ ਰਹੇ ਹਾਂ ਔਰ ਜਿਵੇਂ ਤੁਸੀਂ ਵੱਖ ਵੱਖ ਅਧਿਕਾਰੀਆਂ ਦੇ ਸਾਡੇ ਸਾਥੀਆਂ ਨੇ ਨਾਮ ਲਏ ਨੇ ਅਸੀਂ ਇਹੀ ਗੱਲਾਂ ਅਸੀਂ ਉਹਨਾਂ ਨੂੰ ਦੱਸਦੇ ਰਹੇ ਹਾਂ ਔਰ ਸਰਕਾਰਾਂ ਨੂੰ ਵੀ ਅਸੀਂ ਕਹਿੰਦਾ ਰਹੇ ਹਾਂ ਔਰ ਚਿੱਠੀਆਂ ਵੀ ਲਿਖਦੇ ਰਹੇ ਹਾਂ ਉਹਨਾਂ ਨੂੰ ਅਸੀਂ ਮਿਲ ਕੇ ਵੀ ਜਿਹੜੇ ਮੰਗ ਪੱਤਰ ਦਿੰਦੇ ਰਹੇ ਹਾਂ ਪਰ ਪਿਛਲੀਆਂ ਸਰਕਾਰਾਂ ਨੇ ਮੈਂ ਫਿਰ ਜਿਹੜੀ ਗੱਲ ਵਾਰ ਵਾਰ ਕਹਿਣੀ ਚਾਹੁੰਦਾ ਕਿ ਸਾਡੀ ਕਿਸੇ ਵੀ ਬੇਨਤੀ ਦੇ ਉੱਤੇ ਕੋਈ ਉਹਨਾਂ ਨੇ ਧਿਆਨ ਨਹੀਂ ਦਿੱਤਾ ਹਾਂ ਉਹਨਾਂ ਨੇ ਇਹ ਜ਼ਰੂਰ ਕਹਿੰਦੇ ਸੀਗੇ ਕਿ ਤੁਹਾਡੀ ਗੱਲ ਦੇ ਉੱਤੇ ਗੌਰ ਹੋਏਗੀ ਪਰ ਉਹਦਾ ਨਤੀਜਾ ਨਹੀਂ ਸੀ ਕੁਛ ਨਿਕਲਦਾ ਪਰ ਪਹਿਲੀ ਵਾਰੀ ਸਰਕਾਰ ਮੈਂ ਜਿਹੜੀ ਦੱਸਣਾ ਚਾਹੁੰਦਾ ਕਿ ਇਹ ਸਾਰੀਆਂ ਚੀਜ਼ਾਂ ਪਿਛਲੇ 10 ਮਹੀਨਿਆਂ 'ਚ ਨਹੀਂ ਵਾਪਰੀਆਂ ਇਹਨੂੰ ਪਿਛਲੇ ਲਗਭਗ ਜੇ ਆਪਾਂ ਕਹੀਏ 30-35 ਸਾਲ ਹੋ ਗਏ ਕਿ ਇਹ ਹੌਲੀ 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 ਵੱਧਦੀਆਂ ਵੱਧਦੀਆਂ ਚੀਜ਼ਾਂ ਇੱਥੋਂ ਤੱਕ ਖਤਰਨਾਕ ਦੌਰ ਦੇ ਵਿੱਚ ਪਹੁੰਚੀਆਂ ਨੇ ਸੋ ਉਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਥੋੜਾ ਜਿਹਾ ਸਾਨੂੰ ਸਮਾਂ ਜ਼ਰੂਰ ਚਾਹੀਦਾ ਮੈਂ ਨਹੀਂ ਕਹਿੰਦਾ ਕਿ ਰਾਤੋ ਰਾਤ ਸਾਰਾ ਕੁਝ ਠੀਕ ਹੋ ਜਾਏਗਾ ਪਰ ਸਰਕਾਰ ਦੀ ਨੀਤ ਔਰ ਨੀਤੀ ਬਿਲਕੁਲ ਸਾਫ਼ ਹੈ ਜਿਹੜੇ ਵੀ ਲੋਕ ਇਹਦੇ 'ਚ ਜਿਹੜੇ ਇਹ ਪਾਏ ਜਾਣਗੇ ਕਿ ਉਹਨਾਂ ਨੇ ਕਪੜੇ ਕੀਤੇ ਨੇ ਜਾਂ ਉਹਨਾਂ ਨੇ ਕਿਤੇ ਨਾ ਕਿਤੇ ਆਪਣੀ ਗੈਰ ਜ਼ਿੰਮੇਵਾਰੀ ਦੀ ਜਿਹੜੀ ਭੂਮਿਕਾ ਅਦਾ ਕੀਤੀ ਹੈ ਤਾਂ ਉਹਨਾਂ ਦੇ ਉੱਤੇ ਜ਼ਰੂਰ ਕਾਨੂੰਨ ਦੇ ਹਿਸਾਬ ਦੇ ਨਾਲ ਕਾਰਵਾਈ ਹੋਏਗੀ ਇਹ ਮੈਂ ਤੁਹਾਨੂੰ ਵਾਰ ਵਾਰ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਮਾਨ ਸਰਕਾਰ ਲਗਾਤਾਰ ਹੁਣ ਤੁਸੀਂ ਪਿਛਲੀਆਂ ਜਿਹੜੀਆਂ 2-3 ਮਹੀਨਿਆਂ ਦੀਆਂ ਕਾਰਵਾਈਆਂ ਦੇਖੋ ਚਾਹੇ ਉਹਦੇ PCS ਆਫਿਸਰ ਸੀਗੇ ਚਾਹੇ IAS ਆਫਿਸਰ ਸੀਗੇ ਚਾਹੇ ਵੱਡੇ ਅਧਿਕਾਰੀ ਚਾਹੇ ਛੋਟੇ ਚਾਹੇ ਇੱਥੋਂ ਤੱਕ ਕਿ ਪੁਰਾਣੇ ਮਿਨਿਸਟਰ ਸਾਹਿਬਾਨ ਸੀਗੇ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਸ਼ਿਕੰਜਾ ਕਸਣ ਦੀ ਕੋਸ਼ਿਸ਼ ਮਾਨ ਸਰਕਾਰ ਕਰ ਰਹੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਾਨੂੰ ਤਵੱਕੋ ਇਹ ਕਰਨੀ ਚਾਹੀਦੀ ਹੈ ਕਿ ਜਿਹੜੇ ਵੀ ਅਧਿਕਾਰੀ ਖਾਸ ਤੌਰ ਤੇ ਵਾਤਾਵਰਨ ਨੂੰ ਲੈ ਕੇ ਜਿਨ੍ਹਾਂ ਨੇ ਕੋਈ ਨਾ ਕਿਤੇ ਅਣਗਹਿਲੀ ਕੀਤੀ ਹੈ ਉਹਨਾਂ ਦੇ ਉੱਤੇ ਲਾਜ਼ਮੀ ਤੌਰ ਤੇ ਕਾਰਵਾਈ ਹੋਏਗੀ ਸਾਹਿਬ ਚਲੋ ਆਉਣ ਵਾਲੇ ਸਮੇਂ ਦੇਖਿਆ ਜਾਏਗਾ ਇਸ ਕਾਰਵਾਈ ਨੂੰ ਤੁਹਾਡਾ ਵੱਡਾ ਜਵਾਬ ਹੈ ਇਸ ਮਾਮਲੇ ਤੇ ਲੋਕੀ ਤੋਕੋ ਕਰਨਗੇ ਕਿ ਸਰਕਾਰ ਵੱਲੋਂ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਸਾਹਿਬ ਗੱਲ ਇਸ ਤਰ੍ਹਾਂ ਹੈ ਕਿ ਡਾਕਟਰ ਭੀਮ ਜੀ ਜਿਹੜੀ ਗੱਲ ਕਰ ਰਹੇ ਸੀਗੇ ਕਿ ਅਸੀਂ ਪਿਛਲੀਆਂ ਸਰਕਾਰਾਂ ਦੇ ਟਾਈਮ ਦੇ ਉੱਤੇ ਜਿਹੜਾ ਹੈਗਾ ਵਾਰ ਵਾਰ ਜਾ ਕੇ ਅਸੀਂ ਆਪਣੀ ਗੱਲ ਰੱਖਦੇ ਸੀਗੇ ਤੁਸੀਂ ਰੱਖੀ ਗੱਲ ਜਿਹੜਾ ਲੁਧਿਆਣੇ ਲਾਗੇ ਇੱਕ ਇੰਡਸਟਰੀਅਲ ਟਾਊਨਸ਼ਿਪ ਬਣਨਾ ਸੀ ਉਹਦੇ ਬਾਰੇ ਉੱਥੇ ਜਾ ਕੇ ਧਰਨਾ ਵੀ ਦਿੱਤਾ ਭਗਵੰਤ ਮਾਨ ਜੀ ਨੇ ਜਾ ਕੇ ਅਤੇ ਜਿੱਦਣ ਸਰਕਾਰ ਬਣੀ ਅਤੇ ਉੱਥੇ ਨਾਲ ਦੀ ਨਾਲ ਪਾਸ ਵੀ ਕਰਤਾ ਅਤੇ ਜਦੋਂ ਲੋਕਾਂ ਨੇ ਵਿਰੋਧ ਕੀਤਾ ਕਿਸਾਨਾਂ ਨੇ ਉੱਥੇ ਵਿਰੋਧ ਕੀਤਾ ਮੈਂ ਫਿਰ ਕਹੂੰਗਾ ਥੁੱਕੇ ਚੱਟਿਆ ਅਤੇ ਉਹਨੂੰ ਕੈਂਸਲ ਕੀਤਾ ਇਹ ਹਾਲਾਤ ਨੇ ਤੁਸੀਂ ਜਿਨ੍ਹਾਂ ਚੀਜ਼ਾਂ ਵਾਸਤੇ ਧਰਨੇ ਦਿੱਤੇ ਅੱਜ ਉਹਨਾਂ ਚੀਜ਼ਾਂ ਨੂੰ ਤੁਸੀਂ ਲਾਗੂ ਕਰਵਾ ਰਹੇ ਹੋ ਚਾਹੇ ਉਹ ਮਾਈਨਿੰਗ ਹੈ ਚਾਹੇ ਸ਼ਰਾਬ ਦੀ ਪਾਲਿਸੀ ਹੈ ਜਿਨ੍ਹਾਂ ਲੋਕਾਂ ਦੇ ਖਿਲਾਫ਼ ਤੁਸੀਂ ਧਰਨੇ ਦਿੰਦੇ ਸੀ ਉਹਨਾਂ ਲੋਕਾਂ ਨੂੰ ਠੇਕੇ ਦੇ ਰਹੇ ਹੋ ਉਹੀ ਮਾਫੀਆ ਤੁਹਾਡੇ ਅੱਜ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਿਹਾ ਉਹੀ ਲੁੱਟ ਘਸੁੱਟ ਤੁਸੀਂ ਆਪ ਕਰਵਾ ਰਹੇ ਹੋ ਕੋਈ ਤੁਸੀਂ ਦੁੱਖ ਦੇ ਧੋਲੇ ਨਹੀਂ ਤੁਸੀਂ ਜਿਸ ਤਰੀਕੇ ਨਾਲ ਪੰਜਾਬ ਨੂੰ ਲੁੱਟਣ 'ਤੇ ਲੱਗੇ ਹੋਏ ਹੋ ਅੱਜ ਜਿਹੜੇ ਮੀਡੀਆ ਹਾਊਸ ਨੇ ਉਹਨਾਂ ਨੇ ਤੁਹਾਡੀਆਂ ਖਬਰਾਂ ਲਾਉਣੀਆਂ ਬੰਦ ਕਰਤੀਆਂ ਤੁਹਾਡੇ ਵਿਰੁੱਧ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਹੜੀ ਪਾਰਟੀ ਸਭ ਤੋਂ ਵੱਧ ਐਜੂਕੇਸ਼ਨ ਦੇ ਉੱਤੇ ਔਰ ਹੈਲਥ ਉੱਤੇ ਜਿਹੜਾ ਰੌਲਾ ਪਾਉਂਦੀ ਸੀਗੀ ਅੱਜ 24,000 ਮੋਬਾਈਲ ਜਿਹੜੇ ਸੀਗੇ ਆਸ਼ਾ ਵਰਕਰਾਂ ਦੇ ਬੰਦ ਪਏ ਨੇ ਇਹ ਜਵਾਬ ਉਧਰ ਨੂੰ ਹੋਏਗਾ ਅੱਜ ਸਕੂਲਾਂ ਦੇ ਬੱਚਿਆਂ ਨੂੰ ਡਰੈਸਿਸ ਨਹੀਂ ਮਿਲ ਰਹੀਆਂ ਕਿਤਾਬਾਂ ਨਹੀਂ ਮਿਲ ਰਹੀਆਂ ਜਵਾਬ ਉਧਰ ਨੂੰ ਹੋਏਗਾ ਮੈਂ ਇੱਕ ਮਿੰਟ ਮੇਰੀ ਗੱਲ ਪੂਰੀ ਹੋਣ ਦਿਓ ਇਹ ਕਹਿੰਦੇ ਜੀ ਬੜੇ ਕਾਬਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਐਜੂਕੇਸ਼ਨ ਔਰ ਹੈਲਥ ਉੱਤੇ ਗੱਲ ਕਰਨ ਦੀ ਸਰਕਾਰ ਨੇ 3-3 ਵਾਰ ਮੰਤਰੀ ਬਣਾਉਂਦੇ ਨੇ 10 ਮਹੀਨਿਆਂ ਦੇ ਵਿੱਚ ਹੋਰ ਪਾਸੇ ਮੋੜ ਦਿਆਂਗੇ ਬੈਸ ਹੋਰ ਪਾਸੇ ਮੋੜ ਦਿਆਂਗੇ ਹੋਰ ਪਾਸੇ ਨਹੀਂ ਮੈਂ ਨਲਾਇਕੀਆਂ ਦੀ ਗੱਲ ਕਰ ਰਿਹਾ ਓਕੇ ਓਕੇ ਆਪਾਂ ਫਿਰ ਸਿਰਫ ਹਰ ਗੱਲ ਦੇ ਉੱਤੇ ਥਾਪੀਆਂ ਦੇਣ ਦੀ ਲੋੜ ਨਹੀਂ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹਰ ਫਰੰਟ ਦੇ ਉੱਤੇ ਫੇਲ ਹੈ ਚਾਹੇ ਲਾਅ ਐਂਡ ਆਰਡਰ ਹੈ ਚਾਹੇ ਐਜੂਕੇਸ਼ਨ ਹੈ ਚਾਹੇ ਹੈਲਥ ਹੈ ਚਾਹੇ ਪੋਲੂਸ਼ਨ ਦੀ ਗੱਲ ਕਰ ਰਹੀ ਹੈ ਥੈਂਕ ਯੂ ਵੈਰੀ ਮੱਚ ਮੈਂ ਕਿਸਾਨ ਆਗੂ ਸਾਡੇ ਨਾਲ ਸੰਦੀਪ ਢਿੱਲੋਂ ਜਿਹੜੇ ਸੰਦੀਪ ਢਿੱਲੋਂ ਜੋ ਗੱਲ ਜਿਹੜੀ ਹੈ ਡਾਕਟਰ ਭੀਮਿੰਦਰ ਉਹਨਾਂ ਨੇ ਕਿਹਾ ਕਿ ਕਾਰਵਾਈ ਵੀ ਹੋਏਗੀ ਇੱਕ ਸਵਾਲ ਸੰਦੀਪ ਤੁਹਾਡੇ ਕੋਲੋਂ ਵੀ ਮੈਂ ਲੈਣਾ ਚਾਹਾਂਗਾ ਦੇਖੋ ਵੱਖ ਵੱਖ ਕਿਸਾਨ ਜਥੇਬੰਦੀਆਂ ਉੱਥੇ ਆਉਂਦੀਆਂ ਰਹੀਆਂ ਸਮੁੱਚੇ ਪੰਜਾਬ ਨੇ ਤੁਹਾਡਾ ਸਹਿਯੋਗ ਦਿੱਤਾ ਸਵਾਲ ਵੱਡਾ ਇਹ ਵੀ ਹੈ ਕਿ ਕੇਵਲ ਜ਼ੀਰਾ ਫੈਕਟਰੀ ਬੰਦ ਹੋਣ ਦੇ ਨਾਲ ਪੰਜਾਬ ਜਿਹੜਾ ਧਰਤੀ ਹੇਠਲਾ ਜ਼ਹਿਰੀਲਾ ਪਾਣੀ ਜਿੱਥੇ ਜਿੱਥੇ ਵੀ ਇੱਦਾਂ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਫੈਕਟਰੀਆਂ ਪਾਣੀ ਸੁੱਟ ਰਹੀਆਂ ਇਹ ਲੜਾਈ ਅੱਗੇ ਜਾਰੀ ਰਹੇਗੀ ਜਾਂ ਜ਼ੀਰਾ ਫੈਕਟਰੀ ਦੇ ਨਾਲ ਹੀ ਜਿਹੜਾ ਹੈਗਾ ਚੈਪਟਰ ਕਲੋਜ਼ ਹੋ ਜਾਏਗਾ ਸੰਦੀਪ ਜੀ ਕਿਉਂਕਿ ਵੱਡਾ ਇਸ਼ੂ ਹੈ ਸਮੁੱਚੇ ਪੰਜਾਬੀਆਂ ਦਾ ਸਵਾਲ ਹੈ ਇਹ ਸਾਹਿਬ ਜਿਹੜੀ ਮੁੱਢਲੀ ਲੋੜ ਪਾਣੀ ਆ ਪਾਣੀ ਤੋਂ ਇਹ ਲੜਾਈ ਸਟਾਰਟ ਹੋਈ ਸੀ ਪਹਿਲਾਂ ਇਲਾਕੇ ਦੇ ਲੋਕਾਂ ਨੇ ਇਹ ਲੜਾਈ ਸਟਾਰਟ ਕੀਤੀ ਤੇ ਉਸ ਤੋਂ ਬਾਅਦ ਇਹਦੇ ਨਾਲ ਪੰਜਾਬ ਦਰਦੀ ਲੋਕ ਜੁੜਦੇ ਗਏ ਤੇ ਲੜਾਈ ਬਹੁਤ ਵੱਡੀ ਹੋ ਗਈ ਤੇ ਅੱਜ ਸਰਕਾਰ ਨੂੰ ਇਹ ਜਿਹੜਾ ਫੈਸਲਾ ਲੈਣਾ ਪਿਆ ਸੋ ਇਹ ਜਿਹੜੀ ਜਾਗ ਆ ਅਸੀਂ ਪੰਜਾਬ ਦੇ ਵਿੱਚ ਇਹ ਲਗਾ ਦਿੱਤੀ ਹੈ ਕਿਉਂਕਿ ਇੱਕ ਹਮੇਸ਼ਾ ਹੀ ਇਹ ਜਦੋਂ ਗੱਲ ਚੱਲਦੀ ਹੈ ਫੈਕਟਰੀਆਂ ਵਾਲੀ ਤੇ ਪੱਤਰਕਾਰ ਸਾਨੂੰ ਸਵਾਲ ਪੁੱਛਦੇ ਨੇ ਕਿ ਲੋਕਾਂ ਦਾ ਰੋਜ਼ਗਾਰ ਜਾ ਰਿਹਾ ਹੈਗਾ ਪਰ ਉਹ ਅੱਗੇ ਆਪਾਂ ਕਹਾਵਤ ਮੈਂ ਅੱਗੇ ਵੀ ਕਈ ਪ੍ਰੋਗਰਾਮਾਂ ਦੇ ਵਿੱਚ ਬੋਲੀ ਹੈਗੀ ਆ ਕਿ ਭੱਟ ਇਹੋ ਜਿਹਾ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਸੋ ਇਹ ਜੇ ਇੱਕ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਮਿਲਦੀ ਹੈ ਤੇ ਨਾਲ 5 ਮੈਂਬਰ ਆ ਜਿਹੜੇ ਗੰਦੇ ਪਾਣੀ ਨਾਲ ਬਿਮਾਰ ਹੋ ਰਹੇ ਨੇ ਸੋ ਇਹ ਜਾਗ ਜਿਹੜੀ ਆ ਪ੍ਰਦੂਸ਼ਣ ਦੇ ਪ੍ਰਤੀ ਜਿਹੜੀ ਆ ਇਹ ਜ਼ੀਰੇ ਦੇ ਇਲਾਕਿਆਂ ਵਾਸੀਆਂ
ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਕੋਈ ਵੀ ਇਹੋ ਜਿਹੀ ਜਿਹੜੀ ਫੈਕਟਰੀ ਜਿਹੜੀ ਪ੍ਰਦੂਸ਼ਣ ਦਾ ਮਸਲਾ ਕੋਈ ਪਾਣੀ ਪਲਿਊਟ ਕਰਦੀ ਹੈ ਕੋਈ ਹਵਾ ਪਲਿਊਟ ਕਰਦੀ ਹੈ ਚਾਹੇ ਕੋਈ ਧਰਤੀ ਪਲਿਊਟ ਕਰਦੀ ਆ ਤੇ ਉਹਦੇ ਪ੍ਰਤੀ ਜਿਹੜੀ ਜੰਗ ਆ ਉਹ ਇੱਦਾਂ ਹੀ ਮੇਰੇ ਹਿਸਾਬ ਦੇ ਨਾਲ ਚੱਲਦੀ ਰਹੂਗੀ ਤੇ ਅਸੀਂ ਵੀ ਉਹਦੇ ਵਿੱਚ ਪੂਰਾ ਸਹਿਯੋਗ ਕਰਾਂਗੇ ਤੇ ਇੱਕ ਸਿੱਧੂ ਸਾਹਿਬ ਮੈਂ ਗੱਲ ਤੁਹਾਡੇ ਨਾਲ ਹੋਰ ਇਸ ਤੋਂ ਹਟਵੀਂ ਸ਼ੁਰੂ ਕਰਦੇ ਆ ਕਿਉਂਕਿ ਇਹ ਜਿਹੜਾ 15 ਸਾਲ ਇਸ ਫੈਕਟਰੀ ਨੇ ਸਾਡੇ ਇਲਾਕੇ ਦਾ ਪਾਣੀ ਜਿਹੜਾ ਪਲਿਊਟ ਕੀਤਾ ਹੈਗਾ ਗਰਾਊਂਡ ਵਾਟਰ ਜਿਹੜਾ ਕਿ ਇੱਥੋਂ ਤੱਕ ਗੱਲ ਆ ਗਈ ਕਿ ਹੁਣ ਬੋਰਾਂ ਦੇ ਵਿੱਚੋਂ ਪਾਣੀ ਨਿਕਲਣਾ ਸਟਾਰਟ ਹੋ ਗਿਆ ਇਹਨੂੰ ਮਤਲਬ ਕਿ ਸਹੀ ਹੋਣ ਦੇ ਵਿੱਚ ਪਤਾ ਨੀ ਕਿੰਨਾ ਇਹ ਤਾਂ ਮਾਰ ਲਾ ਸਕਦੇ ਆ ਪਤਾ ਨੀ ਕਿੰਨਾ ਟਾਈਮ ਲੱਗੂਗਾ ਇਹ ਤਾਂ ਕੁਦਰਤ ਦੱਸ ਸਕਦੀ ਆ ਤੇ ਹੁਣ ਮੈਂ ਸਰਕਾਰ ਨੂੰ ਇਹ ਵੀ ਮਤਲਬ ਜਿੱਥੇ ਜਿਹੜੇ ਪਹਿਲਾਂ ਵਾਲੇ ਮੁੱਦੇ ਨੇ ਇਹਨੇ ਜਿਹੜੇ ਮਤਲਬ ਇਹਦਾ ਜਿਹੜਾ ਇਹਦਾ MD ਸੀਗਾ ਚਾਹੇ ਇਹਦਾ ਮਾਲਕ ਸੀਗਾ ਉਹਨਾਂ ਨੂੰ ਜਿਹੜੀਆਂ ਸਜਾਵਾਂ ਹੋਣੀਆਂ ਚਾਹੀਦੀਆਂ ਸੀ ਲੋਕਾਂ ਦੇ ਪਸ਼ੂਆਂ ਦੀਆਂ ਮੌਤਾਂ ਦੀਆਂ ਤੇ ਇਹ ਵੀ ਆ ਵੀ ਇਹ ਜਿਹੜੇ ਪ੍ਰਭਾਵਿਤ ਪਿੰਡ ਦੇ 40-50 ਜਾਂ 2 ਜਿਹੜੇ ਵੱਡੇ ਕਸਬੇ ਨੇ ਤਲਵੰਡੀ ਭਾਈ ਤੇ ਜੀਰਾ ਉੱਥੇ ਦੇ ਲੋਕਾਂ ਨੂੰ ਸ਼ੁੱਧ ਪਾਣੀ ਪੀਣ ਵਾਸਤੇ RO ਸਿਸਟਮ ਤੇ ਜਿਹੜੇ ਖੇਤੀ ਦੇ ਨਾਲ ਸੰਬੰਧਿਤ ਕਿਉਂਕਿ ਸਿੱਧੂ ਸਾਹਿਬ ਇਹ ਜਿਹੜੀ ਜ਼ਮੀਨ ਆ ਨਾ ਇਹ ਜਦੋਂ ਇਹਨੂੰ ਗੰਦਾ ਪਾਣੀ ਲੱਗਣਾ ਸਟਾਰਟ ਹੁੰਦਾ ਤੇ ਇਹਦਾ ਰਿਜ਼ਲਟ ਕੁਛ ਸਾਲਾਂ ਬਾਅਦ ਦਿੰਦੀ ਆ ਜੋ ਕਿ ਸਾਡੇ ਇਲਾਕੇ ਦੇ ਜਿਹੜੇ ਝਾੜ ਲਗਾਤਾਰ ਜਿਹੜੇ ਘੱਟ ਰਹੇ ਸੀ ਸੋ ਨਹਿਰੀ ਪਾਣੀ ਤੇ ਜਿਹੜਾ ਪਾਣੀ RO ਸਿਸਟਮ ਆ ਜਿਹੜਾ ਪੀਣ ਵਾਸਤੇ ਲੋਕਾਂ ਦੇ ਵਾਸਤੇ ਇਹ ਸਭ ਤੋਂ ਵੱਧ ਸਰਕਾਰ ਨੂੰ ਇਸ ਵੱਲ ਵੀ ਬਹੁਤ ਧਿਆਨ ਦੇਣਾ ਚਾਹੀਦਾ ਜੀ ਬਿਲਕੁਲ ਸਹੀ ਫਰਮਾ ਰਿਹਾ ਹਾਂ ਜਿਸ ਮਾਮਲੇ ਤੁਸੀਂ ਗੱਲ ਕਰ ਰਹੇ ਹੋ ਦਵਾਂਜੀ ਜਦੋਂ ਸਰਕਾਰ ਦੀ ਗੱਲ ਕਰਦੇ ਹਾਂ ਕਿਸਾਨਾਂ ਦਾ ਕਹਿਣਾ ਕਿ ਜਿਸ ਮੁੱਦੇ ਤੇ ਜਿਸ ਸਥਿਤੀ ਨਾਲ ਉੱਥੇ ਵਾਪਰਿਆ ਧਰਤੀ ਹੇਠਲੇ ਪਾਣੀ ਦੀ ਵਜ੍ਹਾ ਕਰਕੇ ਜੋ ਨੁਕਸਾਨ ਹੋਇਆ ਸਰਕਾਰ ਧਿਆਨ ਉਸ ਮੁੱਦੇ ਤੇ ਡਾਕਟਰ ਭੀਮਿੰਦਰ ਹੋਣਾ ਦਾ ਕਹਿਣਾ ਕਿ ਧਿਆਨ ਦਿੱਤਾ ਵੀ ਜਾਏਗਾ ਡਾਕਟਰ ਭੀਮਿੰਦਰ ਹੋਣਾ ਦਾ ਇਹ ਵੀ ਕਹਿਣਾ ਕਿ ਵਿਰੋਧੀ ਧਿਰਾਂ ਬੇਸ਼ੱਕ ਸਵਾਲ ਉਠਾਉਂਦੀਆਂ ਪਰ ਸਰਕਾਰ ਦੀ ਨੀਅਤ ਤੇ ਨੀਤੀ ਜਿਹੜੀ ਉਹ ਸਾਫ਼ ਹੈ ਇਹਨਾਂ ਮੁੱਦਿਆਂ 'ਤੇ ਇਸ ਕਰਕੇ ਜਿੱਥੇ ਵੀ ਬਣਦੀ ਕਾਰਵਾਈ ਆ ਉਹ ਕਰਾਂਗੇ ਕੀ ਲੱਗਦਾ ਕਿ ਭਰੋਸਾ ਕਰਨਗੀਆਂ ਵਿਰੋਧੀ ਧਿਰਾਂ ਇਸ ਮਾਮਲੇ 'ਤੇ ਕਿਉਂਕਿ ਇੱਕ ਫੈਸਲਾ ਤਾਂ ਲਿਆ ਹੀ ਆ ਉਹਨਾਂ ਨੇ ਜੀ ਦਵਾਨ ਜੀ ਖਾਸ ਕਰਕੇ ਤੁਸੀਂ ਜੇ ਇੰਡਸਟਰੀਅਲ ਇਲਾਕਾ ਲੈ ਲਓ ਤਾਂ ਲੁਧਿਆਣਾ ਦਾ ਏਰੀਆ ਵੀ ਤੁਸੀਂ ਨਾਲ ਲੈ ਸਕਦੇ ਹੋ ਗੱਲ ਇਹ ਹੈ ਕਿ ਬਹੁਤ ਸਾਰੀ ਇੰਡਸਟਰੀ ਐਸੀ ਹੈ ਜਿੱਥੇ ਵਾਟਰ ਟ੍ਰੀਟਮੈਂਟ ਪਲਾਂਟ ਜਿਹੜੇ ਹੈ ਉਹ ਲਾਗੂ ਕਰਨੇ ਬਹੁਤ ਜ਼ਰੂਰੀ ਹੈ ਉਹਨਾਂ ਦੀ ਇਨਫੋਰਸਮੈਂਟ ਜਿਹੜੀ ਸਰਕਾਰ ਕਰੇ ਕਿ ਵਾਟਰ ਟ੍ਰੀਟਮੈਂਟ ਪਲਾਂਟ ਜ਼ਰੂਰ ਲਗਾਏ ਜਾਣ ਜਿਹੜੀ ਪੋਲਿਊਟਡ ਇੰਡਸਟਰੀ ਹੈ ਕਿਉਂਕਿ ਲੁਧਿਆਣਾ ਮਾਲਵਾ ਦੇ ਵਿੱਚ ਡਾਇੰਗ ਇੰਡਸਟਰੀ ਬਹੁਤ ਜ਼ਿਆਦਾ ਵੈ ਔਰ ਉਹ ਡਾਇੰਗ ਇੰਡਸਟਰੀ ਜਿੰਨੀ ਹੈਗੀ ਹੈ ਉਹ ਵਾਟਰ ਨੂੰ ਪੋਲਿਊਟ ਕਰਦੀ ਹੈ ਇਸੇ ਤਰੀਕੇ ਦੇ ਨਾਲ ਮਾਲਵਾ ਦੇ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਜੀਰਾ ਸ਼ਰਾਬ ਫੈਕਟਰੀ ਦੇ ਨਾਲ ਆਲੇ ਦੁਆਲੇ ਦੇ ਇਲਾਕੇ ਜਿਹੜੇ ਹੈ ਉੱਥੇ ਪਾਣੀ ਪੋਲਿਊਟ ਹੋਇਆ ਕੈਂਸਰ ਦੇ ਮਰੀਜ਼ ਬਹੁਤ ਜ਼ਿਆਦਾ ਕਿਉਂਕਿ ਅਸੀਂ ਕਮਿਊਨਿਟੀ ਲੈਵਲ ਦੇ ਕੈਂਸਰ ਡਿਟੈਕਸ਼ਨ ਦੇ ਕੈਂਪ ਬੜੇ ਲਗਾਏ ਹੈ ਸੋ ਗੱਲ ਇਹ ਹੈ ਕਿ ਇਹ ਵਾਟਰ ਟ੍ਰੀਟਮੈਂਟ ਦੇ ਆਪਾਂ ਜਵਾਬ ਲੈਣੇ ਦਵਾਂ ਜੀ ਬਿਲਕੁਲ ਦਵਾਂ ਜੀ ਸਮਾਂ ਆਪਣੇ ਕੋਲੇ ਸੀਮਿਤ ਹੈ ਪ੍ਰਦੂਸ਼ਣ ਦੀ ਗੱਲ ਨੂੰ ਲੈ ਕੇ ਜਿੱਦਾਂ ਡਾਕਟਰ ਦੀਵਾਨ ਅਰੋੜਾ ਇਹਨਾਂ ਨੇ ਵੀ ਗੱਲ ਕੀਤੀ ਹੈ ਜੀ ਗਵਰਨਮੈਂਟ ਕਰਨਾ ਚਾਹੁੰਦੀ ਸਰ ਫਿਊਚਰ ਦੇਖੋ ਕੀ ਹੁੰਦਾ ਤਾਂ ਅੱਜ ਅਨਾਊਂਸ ਕਰ ਦੇਣਾ ਸੀ ਮਾਨ ਸਾਹਿਬ ਨੇ ਕਿ ਅਸੀਂ ਕੋਈ ਕਮੇਟੀ ਗਠਿਤ ਕਰਦੇ ਹਾਂ ਉਹ ਇਨਵੈਸਟੀਗੇਟ ਕਰੂਗੀ ਜਿਹੜੇ ਜਿਹੜੇ ਦੋਸ਼ੀ ਪਾਏ ਗਏ ਉਹਨਾਂ ਦੇ ਬਣਦੀ ਪੁਖਤਾ ਕਾਰਵਾਈ ਵੀ ਹੋਊਗੀ ਅੱਜ ਅਨਾਊਂਸ ਕਰ ਦੇਣਾ ਚਾਹੀਦਾ ਸੀ ਪਰ ਨਹੀਂ ਕੀਤਾ ਚਲੋ ਇਹ ਨਹੀਂ ਫਿਊਚਰ ਚ ਕਰ ਦੇਣ ਪੰਜਾਬੀ ਵੈਲਕਮ ਕਰ ਦੇ ਸੈਕੰਡਲੀ ਔਖਾ ਹੋਊਗਾ ਗਵਰਨਮੈਂਟ ਲਈ ਕਿਉਂਕਿ ਪੰਜਾਬ ਨੂੰ ਇੰਡਸਟਰੀ ਦੀ ਲੋੜ ਹੈਗੀ ਆ ਇਸ ਤੇ ਜ਼ਰੂਰੀ ਇਹ ਹੋ ਜਾਂਦਾ ਵੀ ਅਸੀਂ ਆਪਦੀ ਜਿਹੜੀ ਬਿਊਰੋਕਰੇਸੀ ਹੈਗੀ ਆ ਕੰਸਰਨਡ ਕਮਿਸ਼ਨਸ ਹੈਗੇ ਆ ਉਹਨਾਂ ਨੂੰ ਸਟ੍ਰੈਂਥਨ ਕਰੀਏ ਉਹਨਾਂ ਦੇ ਜਿਹੜੇ ਆਫੀਸਰ ਸਾਹਿਬਾਨ ਦੀ ਇਨਵੋਲਵਮੈਂਟ ਹੋਈ ਆ ਘੱਟੋ ਘੱਟ ਉਹਨਾਂ ਨੂੰ ਜ਼ਰੂਰ ਲੀਗਲ ਸਟੈਂਡੇ ਦੇ ਵਿੱਚ ਲਿਆਈਏ ਕਿ ਕੰਪਨੀ ਤੋਂ ਇਹ ਕੰਪਨਸੇਟ ਕਰਵਾਈਏ ਤਾਂ ਕਰਕੇ ਕਾਰੋਬਾਰੀਆਂ ਦਾ ਵੀ ਤੇ ਪੰਜਾਬੀਆਂ ਦਾ ਭਰੋਸਾ ਵੀ ਸਰਕਾਰ ਤੇ ਬਣੇ ਤੇ ਜ਼ਿਆਦਾ ਸਟ੍ਰੈਂਥਨ ਮਜ਼ਬੂਤ ਹੋ ਗਏ ਜੀ ਜੀ ਥੈਂਕ ਯੂ ਵੈਰੀ ਮਚ ਪੁਲਿਸ ਜੀ ਇਸੇ ਮਾਮਲੇ 'ਤੇ ਸੰਖੇਪ 'ਚ ਮੈਂ ਕਮੈਂਟ ਤੁਹਾਡੇ ਵੀ ਜ਼ਰੂਰ ਲੈਣਾ ਚਾਹਾਂਗਾ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਕਿਹਾ ਕਿ ਅਸੀਂ ਸੰਜੀਦਗੀ ਦਿਖਾਈ ਹੈ ਕਿ ਫੈਸਲਾ ਲੈਣ ਦੇ 'ਚ ਆਉਣ ਵਾਲੇ ਦਿਨਾਂ 'ਚ ਇਸ ਮੁੱਦੇ 'ਤੇ ਹੋਰ ਵੀ ਕਾਰਵਾਈ ਕਰਾਂਗੇ ਪਰ ਸਹਿਯੋਗ ਦੀ ਮੰਗ ਵੀ ਕਰ ਰਹੇ ਆ ਸਾਰੀਆਂ ਤਰ੍ਹਾਂ ਤੋਂ ਸਿੱਧੂ ਸਾਹਿਬ ਮੈਂ ਫਿਰ ਤੁਹਾਨੂੰ ਇੱਥੇ ਕਰੈਕਟ ਕਰ ਦਿੰਦਾ ਜਿਹੜਾ ਤੁਸੀਂ ਸੰਜੀਦਗੀ ਦਾ ਲਫ਼ਜ਼ ਵਾਰ ਵਾਰ ਯੂਜ਼ ਕਰ ਰਹੇ ਹੋ ਸਰਕਾਰ ਦੇ ਵਾਸਤੇ ਜਾਂ ਮੁੱਖ ਮੰਤਰੀ ਵਾਸਤੇ ਸੰਜੀਦਗੀ ਜੇ ਹੁੰਦੀ ਤੇ 6 ਮਹੀਨੇ ਕਿਸਾਨਾਂ ਨੂੰ ਡਾਂਗਾਂ ਨਾ ਖਾਣੀਆਂ ਪੈਂਦੀਆਂ ਧੁੱਪ ਦੇ ਵਿੱਚ ਜਾਂ ਬਰਸਾਤ ਦੇ ਵਿੱਚ ਜਾਂ ਇਸ ਜਿਹੜੀ ਠੰਡ ਸੀ ਉਹਦੇ ਵਿੱਚ ਨਾ ਉੱਥੇ ਬੈਠਣਾ ਪੈਂਦਾ ਉੱਥੇ ਮੌਤਾਂ ਨਾ ਹੁੰਦੀਆਂ ਅਗਰ ਇਹ ਸੰਜੀਦਗੀ ਹੁੰਦੀ ਜੇ ਮੈਂ ਫਿਰ ਕਹੂੰਗਾ ਕਿ ਇਹ ਹਾਈਕੋਰਟ ਦਾ ਡੰਡਾ ਨਜ਼ਰ ਆਇਆ ਕਿ ਹਾਈਕੋਰਟ ਦੀ ਟੀਮ ਉੱਥੇ ਪਹੁੰਚ ਗਈ ਉੱਥੋਂ ਫੈਸਲਾ ਆ ਜਾਣਾ ਇਹ ਕ੍ਰੈਡਿਟ ਜਿਹੜੀ ਲੈਣ ਦੀ ਗੱਲ ਕੀਤੀ ਗਈ ਹੈ ਇਸ ਤੋਂ ਵੱਧ ਕੁਛ ਨਹੀਂ ਹੈਗਾ ਮੈਂ ਇੱਕੋ ਜਿਹੜੀ ਹੈਗੀ ਹੈ ਬੇਨਤੀ ਕਰੂੰਗਾ ਜਿੰਦਰ ਜੀ ਨੂੰ ਕਿ ਤੁਸੀਂ ਸਰਕਾਰ ਤੱਕ ਇਹ ਗੱਲ ਪਹੁੰਚਾਓ ਕਿ ਸਰਕਾਰ ਪੰਜਾਬ ਵੱਲ ਧਿਆਨ ਦੇਵੇ ਬਾਹਰ ਦੀਆਂ ਸਟੇਟਾਂ ਵੱਲ ਧਿਆਨ ਨੂੰ ਛੱਡ ਕੇ
ਪੰਜਾਬ ਦੇ ਜਿਹੜੇ ਮਸਲੇ ਨੇ, ਪੰਜਾਬ ਦੇ ਜਿਹੜੇ ਮੁੱਦੇ ਨੇ, ਉਹਨਾਂ ਵੱਲ ਧਿਆਨ ਦੇਵੇ। ਇਹ ਵੱਡਾ ਮੁੱਦਾ, ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਧਰਨਿਆਂ ਵਾਲਿਆਂ ਨੂੰ ਡਾਂਗਾ ਨਾ ਮਾਰੇ। ਓਕੇ ਓਕੇ, ਥੈਂਕ ਯੂ ਵੈਰੀ ਮੱਚ ਡਾਕਟਰ ਭੀਮਿੰਦਰ। ਸਵਾਲ ਵਿਰੋਧੀ ਧਿਰਾਂ ਵੱਲੋਂ ਇਹ ਵੀ ਕਿਹਾ ਜਾਏ ਕਿ ਸੰਜੀਦਗੀ ਦੀ ਗੱਲ ਹੁੰਦੀ ਤਾਂ 6 ਮਹੀਨੇ ਦਾ ਸਮਾਂ ਨਾ ਲੱਗਦਾ, ਇਹਦੇ ਬਾਵਜੂਦ ਜ਼ੀਰਾ ਫੈਕਟਰੀ ਜਿਹੜੀ ਬੰਦ ਹੋਈ ਇਹਦੇ ਬਾਰੇ ਤਾਂ ਕੋਈ ਦੋ ਰਵਾਂ ਨਹੀਂ। ਪਰ ਨਾਲ ਸਵਾਲ ਇਹ ਵੀ ਹੈ ਕਿ ਜ਼ੀਰਾ ਫੈਕਟਰੀ ਦੇ ਨਾਲ ਨਾਲ ਜਿਹੜਾ ਹੈਗਾ ਜੋ ਉੱਥੇ ਨੁਕਸਾਨ ਹੋਇਆ, ਉੱਥੋਂ ਦੇ ਕਿਸਾਨ ਆਗੂ ਦਾ ਕਹਿਣਾ, ਚਾਹੇ ਧਰਤੀ ਹੇਲੇ ਪਾਣੀ ਦੀ ਗੱਲ ਹੈ, ਚਾਹੇ ਦੂਜੇ ਵਾਤਾਵਰਨ ਦੀ ਗੱਲ ਹੈ, ਸਰਕਾਰ ਨੂੰ ਉਸ ਪਾਸੇ ਕਾਫੀ ਕੁਝ ਕਰਨਾ ਪਏਗਾ ਕਿ ਜ਼ੀਰਾ ਫੈਕਟਰੀ ਬੰਦ ਕਰਨ ਦੇ ਨਾਲ ਸਮੱਸਿਆ ਦਾ ਹੱਲ ਨਹੀਂ ਹੋਏਗਾ। ਜੀ ਡਾਕਟਰ ਭੀਮਿੰਦਰ। ਬਿਲਕੁਲ ਬਿਲਕੁਲ ਸਿੱਧੂ ਸਾਹਿਬ, ਮੈਂ ਤਾਂ ਆਪਾਂ ਤਾਂ ਗੱਲ ਇਹ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਆਮ ਆਦਮੀ ਪਾਰਟੀ ਦਾ ਜਦੋਂ ਤੋਂ ਪਾਰਟੀ ਸੱਤਾ 'ਚ ਆਈ ਹੈ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਮਾਨ ਸਾਹਿਬ ਇਹ ਕਹਿੰਦੇ ਆ ਰਹੇ ਨੇ, ਚਾਹੇ ਉਹ ਰੁਜ਼ਗਾਰ ਦਾ ਮਸਲਾ ਹੋਵੇ, ਚਾਹੇ ਉਹ ਸਿਹਤ ਦਾ ਮਸਲਾ ਹੋਵੇ, ਚਾਹੇ ਉਹ ਐਜੂਕੇਸ਼ਨ ਦਾ ਮਸਲਾ ਹੋਵੇ, ਸਰਕਾਰ ਬਹੁਤ ਜ਼ਿਆਦਾ ਗੰਭੀਰ ਹੈ ਉਹਦੇ ਬਾਰੇ। ਸੋ ਉਹਨਾਂ ਨੇ ਗੰਭੀਰਤਾ ਦਿਖਾਈ ਵੀ ਹੈ, ਕੱਲਾ ਇਹ ਨਹੀਂ ਕਿ ਕੱਲਾ ਸਿਹਤ ਨਾਲ ਲੈ ਕੇ, ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੇ ਬਹੁਤ ਸਾਰੇ ਹਸਪੀਟਲ, ਕੱਲ ਹੀ ਤੁਸੀਂ ਦੇਖੋ ਕਿ ਲਗਭਗ 400-500 ਡਾਕਟਰ ਨਵਾਂ ਰੱਖਿਆ ਗਿਆ। ਡਾਕਟਰ ਭੀਮਿੰਦਰ ਬਿਲਕੁਲ, ਡਾਕਟਰ ਭੀਮਿੰਦਰ ਜੀ ਬਿਲਕੁਲ, ਉਹਦੇ ਬਾਰੇ ਵਾਤਾਵਰਨ ਦੇ ਮੁੱਦੇ ਤੇ ਮੈਂ ਚਾਹਾਂਗਾ ਕਿ ਇਸ ਮੁੱਦੇ ਤੇ ਆਪਾਂ ਗੱਲ ਕਰੀਏ। ਗੰਭੀਰ ਹੈ ਔਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਉਹ ਬੁੱਢਾ ਨਾਲਾ ਹੋਵੇ, ਚਾਹੇ ਸਤਲੁਜ ਦਰਿਆ ਹੋਵੇ, ਜਾਂ ਹੋਰ ਸਾਡੇ ਧਰਤੀ ਹੇਠਲਾ ਪਾਣੀ ਹੋਵੇ, ਚਾਹੇ ਡਾਰਕ ਜ਼ੋਨ ਹੋਣ, ਇਸ ਵੇਲੇ 115 ਜ਼ੋਨ ਜਿਹੜੇ ਨੇ ਉਹ ਡਾਰਕ ਜ਼ੋਨ ਬਣ ਬਣ ਕੇ ਨੇ ਪਾਣੀ ਦੇ ਕਰ ਕਰ। ਸੋ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਠੀਕ ਕਰਨ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਮਾਂ ਦਿਓ, ਔਰ ਉਹ ਸਮਾਂ ਲੱਗਦੇ ਸਾਰਾ ਕੁਝ ਠੀਕ ਹੋਏਗਾ, ਔਰ ਹੌਲੀ ਹੌਲੀ ਮੈਂ ਫੇਰ ਕਹਾਂਗਾ ਤੁਹਾਡੇ ਸਾਰਿਆਂ ਦੇ, ਲੋਕਾਂ ਦੇ ਸਹਿਯੋਗ ਦੇ ਨਾਲ, ਸਹਿਯੋਗ ਦੇ ਨਾਲ, ਥੈਂਕ ਯੂ ਵੈਰੀ ਮੱਚ, ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਤੇ ਅੱਜ ਦੀ ਬਹਿਸ ਹੀ ਮੈਂ ਚਾਹੁੰਦਾ ਤੁਹਾਡੇ ਕਮੈਂਟ ਦੇ ਨਾਲ ਹੀ ਸਮਾਪਤ ਹੋਵੇ। ਹਾਂਜੀ, ਜਿਹੜੇ ਸਾਰੇ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਵੀਰ ਨੇ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਸਾਰੇ ਹੀ, ਮਤਲਬ ਚਲੋ ਇਹਨਾਂ ਦਾ ਫਰਜ਼ ਆ ਕਿ ਇਹਨਾਂ ਨੇ ਆਪਣੀ ਪਾਰਟੀ ਦੀ ਗੱਲ ਕਰਨੀ ਹੁੰਦੀ ਆ, ਪਰ ਪ੍ਰਦੂਸ਼ਣ ਦਾ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਬਹੁਤ ਗੰਭੀਰ ਮੁੱਦਾ, ਚਾਹੇ ਉਹ ਪਾਣੀ ਦਾ ਹੋਵੇ, ਹਵਾ ਦਾ ਹੋਵੇ, ਚਾਹੇ ਧਰਤੀ ਦਾ ਹੋਵੇ, ਸੋ ਸਾਰਿਆਂ ਨੂੰ ਆਪਾਂ ਨੂੰ ਜ਼ਰੂਰਤ ਆ ਕਿ ਆਪਾਂ ਸਿਰ ਜੋੜ ਕੇ ਇਸ ਦੇ ਉੱਪਰ ਬੈਠੀਏ ਤੇ ਇਹਦੇ ਉੱਪਰ ਆਪਾਂ ਮਤਲਬ ਅੱਛੇ ਨਿਰਣੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਲੈ ਸਕੀਏ। ਤੇ ਬਾਕੀ ਜਿਹੜਾ ਇਹ ਲੜਾਈ ਅਸੀਂ ਇੱਥੋਂ ਸ਼ੁਰੂ ਕੀਤੀ ਸੀ ਤੇ ਮੈਂ ਉਮੀਦ ਕਰਦਾ ਕਿ ਸਾਰੇ ਪੰਜਾਬ ਦਰ ਦੀ ਲੋਕਾਂ ਦੇ ਨਾਲ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਜਿੱਥੇ ਵੀ ਕਿਤੇ, ਜਿਹੜਾ ਲੁਧਿਆਣੇ ਦੀ ਆਪਾਂ ਗੱਲ ਹੁੰਦੀ ਹੈ, ਜਿਹੜਾ ਬੁੱਢਾ ਦਰਿਆ ਹੁੰਦਾ ਸੀ ਤੇ ਹੁਣ ਉਹਨੂੰ ਬੁੱਢਾ ਨਾਲੇ ਦਾ ਨਾਮ ਆਪਾਂ ਦੇ ਦਿੱਤਾ ਹੈਗਾ। ਸੋ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹਨਾਂ ਸਾਰਿਆਂ ਦੇ ਉੱਪਰ ਜਿਹੜਾ ਵੀ ਕੰਟਰੋਲ ਕਰ ਸਕੀਏ, ਸੋ ਇਹੀ ਉਮੀਦ ਕਰਦੇ ਹਾਂ। ਸੋ ਅੱਜ ਵਾਲੇ ਫੈਸਲੇ ਦਾ ਅਸੀਂ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ, ਜੋ ਚੰਗਾ ਲੋਕਾਂ ਦੇ ਪੱਖ ਦੇ ਵਿੱਚ ਫੈਸਲਾ ਆ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੀ ਸਰਕਾਰ ਜਿਹੜੀ ਇਸ ਨਾਲ ਸੰਬੰਧਿਤ ਜਿੰਨੇ ਵੀ ਮਸਲੇ ਸੀਗੇ, ਚਾਹੇ ਉਹ ਲੋਕਾਂ ਦੇ ਪਰਚਿਆਂ ਦੀ ਗੱਲ ਹੋਵੇ, ਚਾਹੇ ਪੁਰਾਣੇ ਸਮੇਂ ਦੇ ਵਿੱਚ ਪਸ਼ੂਆਂ ਪੰਛੀਆਂ, ਚਾਹੇ ਜਿਹੜਾ ਜੰਗਲ ਸਰਕਾਰ ਦੀ ਜਿਹੜੀ ਸ਼ੂਗਰ ਮਿਲ ਸੀ ਉਹਦੇ ਵਿੱਚ ਉਹ ਖਤਮ ਹੋਇਆ, ਤੇ ਸਭ ਜਿਹੜਾ ਇਹਦਾ ਮਾਲਕ ਹੈਗਾ, ਇਹਦੇ ਨਾਲ ਸੰਬੰਧਿਤ ਜਿਹੜੀ ਜਾਂਚ ਜਾਂ ਸੰਬੰਧਿਤ ਡਿਪਾਰਟਮੈਂਟਾਂ ਨੇ ਜਿਹੜੀਆਂ NOC ਇਹਨਾਂ ਨੂੰ ਦਿੱਤੀਆਂ ਸੀਗੀਆਂ, ਉਹਨਾਂ ਦੇ ਉੱਪਰ ਪੂਰੀ ਪ੍ਰੋਪਰਟੀ ਦੇ ਨਾਲ ਜਾਂਚ ਕਰਕੇ ਜਿਹੜੇ ਬੰਦ ਹੀ ਦਿੱਤੀ ਜਾਵੇ। ਬਹੁਤ ਬਹੁਤ ਮਿਹਰਬਾਨੀ, ਸਾਰੇ ਮਹਿਮਾਨਾਂ ਦਾ ਧੰਨਵਾਦ। ਮੁੱਖ ਮੰਤਰੀ ਭਗਵੰਤ ਮਾਨ, ਜ਼ੀਰਾ ਦੀ ਸ਼ਰਾਬ ਫੈਕਟਰੀ ਬੰਦ ਕਰਨ ਦਾ ਕੀਤਾ ਐਲਾਨ, ਆਪਣੇ ਵਿੱਚ ਇੱਕ ਵੱਡੀ ਪਹਿਲਕਦਮੀ ਹੈ, ਪਰ ਸਾਡੇ ਮਹਿਮਾਨਾਂ ਦੀ ਰਾਏ ਕਿ ਗੱਲ ਇੱਥੇ ਨਹੀਂ ਰੁਕਣੀ ਚਾਹੀਦੀ, ਇਸ ਤੋਂ ਅੱਗੇ ਵੀ ਵਧਣੀ ਚਾਹੀਦੀ ਹੈ, ਕਿਉਂਕਿ ਪੰਜਾਬ ਦੇ ਹੋਰ ਕਈ ਹਿੱਸੇ ਹੋ ਜਿਹਾ ਜਿੱਥੇ ਇੱਦਾਂ ਹੀ ਧਰਤੀ ਹੇਠ ਜ਼ਹਿਰੀਲਾ ਪਾਣੀ ਫੈਲ ਰਿਹਾ ਕਿ ਇਸ ਲਈ ਵੀ ਧਰਨੇ ਲਾਉਣੇ ਪੈਣਗੇ, ਜਾਂ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਏਗੀ ਜਿਹਦੀ ਕਿ ਤਵੱਕੋਂ ਕੀਤੀ ਜਾਂਦੀ ਹੈ। ਇਹਨਾਂ ਮੁੱਦਿਆਂ 'ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮਹਿਮਾਨਾਂ ਦਾ ਮੁੜ ਧੰਨਵਾਦ। ਇਸਦੇ ਨਾਲ ਹੀ ਆਪਾਂ ਤੁਹਾਡੇ ਵੱਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ਼੍ਰੀ ਅਕਾਲ।